ਮੈਂ ਬਲੇਹਾਰੀ ਵੇ ਮਾਂ ਦੇ ਅਸੁਰਜਣਾ ਸੁਰਜਣਾ ਇਹ ਚਾਲ ਹੈ ਇੱਕ ਦਿਨਾਂ ਦੀ ਜਿਵੇਂ ਕੀਰਨੇ ਪਾਉਂਦੀਆਂ ਸੀ ਬੀਬੀਆਂ ਲਾਹਣੀਆਂ ਗਾਉਂਦੀਆਂ ਸੀ ਹੂੰ ਵੇ ਤੂੰ ਕਿੱਥੇ ਗਿਆ ਸੀ ਫਿਰ ਪਿੱਛੇ ਰੋਣਾ ਛੱਡਦੀਆਂ ਸੀ ਹੂੰ ਇੱਕ ਸਾਡੀ ਆਦਤ ਹੈਗੀ ਹੈ ਕਿ ਅਸੀਂ ਜਿੱਥੇ ਕੋਈ ਸਾਨੂੰ ਕੋ ਚੰਗਾ ਕਹਿ ਰਿਹਾ ਨਾ ਹੂੰ ਉਹ ਭਾਵੇਂ ਫਿਰ ਸਾਡਾ ਵਿਰੋਧੀ ਕਿਉਂ ਨਾ ਅਸੀਂ ਉਹਨੂੰ ਵੀ ਸ਼ਾਬਾਸ਼ ਦੇ ਦਿੰਨੇ ਆ ਹੂੰ आज हमारे ग्रीह बसंत आज हमारे ग्रीह बसंत गुण गाए प्रभु तुम बेअंत गुण गाए प्रभु तुम बेअंत ਅੱਜ ਹਮਾਰੇ ਗ੍ਰਹਿ ਵਸੰਤ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਫੇਰ ਕੀਰਤਨ ਦੇ ਬਾਰੇ ਜਿੰਨੀ ਵੀ ਆਪਾਂ ਜਾਣਕਾਰੀ ਲੈ ਸਕੀਏ ਕਿਉਂਕਿ ਆਪਾਂ ਸਾਰੇ ਬੈਠ ਕੇ ਸੁਣਦੇ ਆ ਪਰ ਸਾਨੂੰ ਪਤਾ ਹੋਵੇ ਪ੍ਰਥਾ ਕੀ ਆ ਕਿਵੇਂ ਕੀਰਤਨ ਹੁੰਦਾ ਕਿਸ ਤਰ੍ਹਾਂ ਦੀਵੰਗੀ ਹੈ ਰਾਗਾਂ ਦਾ ਕੀਰਤਨ ਅਸਲ ਜਿਹੜਾ ਕੀਰਤਨ ਉਹੀ ਹੈ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਨੇ ਤੇ ਪੁੱਤਰ ਜੋਧ ਸਿੰਘ ਜਿਹੜਾ ਸਾਡਾ ਨੌਜਵਾਨ ਬੇਟਾ ਹੈ ਤੇ ਉਹ ਅਸਰਾਜ ਸਾਜਾ ਉਹਨਾਂ ਦੇ ਕੋਲ ਜਿਹੜਾ ਦਿਲਰੁਬਾ ਤੋਂ ਥੋੜਾ ਜਿਹਾ ਅਲੱਗ ਹੈ ਦਿਲਰੁਬਾ ਵਰਗਾ ਹੀ ਹੈ ਪਰ ਅਲੱਗ ਹੈ ਤੇ ਉਹ ਨਾਲ ਰਾਗ ਦੇ ਵਿੱਚ ਜਿਸ ਤਰ੍ਹਾਂ ਸਮਝਾਉਣਗੇ ਗੁਰਪ੍ਰੀਤ ਸਿੰਘ ਗੋੜੀ ਉਸ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਗੱਲ ਕਰਨਗੇ ਤੇ ਜੋਧ ਸਿੰਘ ਗੋੜੀ ਇਸ ਨੂੰ ਵਜਾਉਣਗੇ ਤੇ ਦੋਨਾਂ ਨੂੰ ਫਤਿਹ ਬੁਲਾਉਨੇ ਆ ਤੇ ਨਾਲ ਸਰਾਰ ਔੰਕਾਰ ਸਿੰਘ ਵੀ ਆਏ ਨੇ ਜੋਤ ਸਿੰਘ ਦੇ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਜਿੱਥੋਂ ਪਿਛਲੀ ਵਾਰ ਆਪਾਂ ਗੱਲ ਛੱਡੀ ਸੀ ਆਪਾਂ ਦਰਬਾਰ ਸਾਹਿਬ ਦੇ ਕੀਰਤਨ ਦੀ ਪ੍ਰਥਾ ਦੀ ਗੱਲਬਾਤ ਕਰ ਰਹੇ ਸੀ ਜੀ ਉਥੋਂ ਆਪਾਂ ਸ਼ੁਰੂ ਕਰੀਏ ਤੇ ਪਿਛਲੀ ਕੋਈ ਗੱਲਬਾਤ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਜਿਹੜੀ ਰਹਿ ਗਈ ਹੋਵੇ ਉਥੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਰੇਡੀਓ ਸ਼ੇਰੇ ਪੰਜਾਬ ਅਤੇ ਸਦਾ ਹਜੀਤ ਸਿੰਘ ਜੀ ਗੇਲਤੇ ਸਾਡੇ ਪਿਆਰੇ ਸਰੋਤੇ ਜਿਨ੍ਹਾਂ ਨੇ ਬਹੁਤ ਮਾਣ ਬਖਸ਼ਿਆ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਹੈਰਾਨ ਹੋ ਗਿਆ ਜੀ ਆਪ ਹਾਂ ਤੇ ਮਤਲਬ ਲੋਕ ਸੁਣਨਾ ਚਾਹੁੰਦੇ ਨੇ ਜੀ ਸੁਣਾਉਣ ਵਾਲਾ ਹੋਵੇ ਲੋਕ ਸੁਣਨਾ ਚਾਹੁੰਦੇ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਮੂਹ ਸਰੋਤਿਆਂ ਦਾ ਜੀ ਪਿਛਲੀ ਵਾਰ ਤਾਂ ਮੈਂ ਗੱਲ ਕਹਾ ਕਿ ਮੈਂ ਕੋਈ ਏਡਾ ਕਥਾਵਾਚਕ ਨਹੀਂ ਹਾਂ ਹੂੰ ਕੋਈ ਮੇਰੇ ਕੋਲ ਡਰਾਮੈਟਿਕਲੀ ਬੋਲ ਨਹੀਂ ਹੈਗੇ ਕਿ ਜਿਹਦੇ ਨਾਲ ਮੈਂ ਗੱਲ ਕਰ ਸਕਾਂ ਹੂੰ ਮੈਨੂੰ ਗੱਲ ਬਣਾ ਕੇ ਨਹੀਂ ਕਰਨੀ ਹੁੰਦੀ ਮੈਨੂੰ ਜੋ ਅਸਲ ਗੱਲ ਹੈ ਮੈਨੂੰ ਜਿੱਦਾਂ ਆਮ ਭਾਸ਼ਾ ਵਿੱਚ ਆਪਾਂ ਬੋਲਦੇ ਆਂ ਆਪਾਂ ਉਦਾਂ ਹੀ ਬੋਲ ਰਹੇ ਆਂ ਉਹੀ ਅਸਲ ਬ੍ਰਾਡਕਾਸਟਿੰਗ ਹੈ ਤੇ ਪਿਛਲੀ ਵਾਰ ਤਾਂ ਆਪਣੀਆਂ ਬ੍ਰਾਂਚਸ ਬਹੁਤ ਨਿਕਲ ਆਈਆਂ ਕਿਉਂਕਿ ਇਹ ਇਹਦਾ ਇਤਿਹਾਸ ਬਹੁਤ ਵੱਡਾ ਜੇ ਆਪਾਂ ਅੱਜ ਖੁੱਲਣ ਲੱਗੀ ਹੈ ਨਾ ਤੇ ਸੱਚੀ ਗੱਲ ਕਹੀਏ ਤੇ 100 ਐਪੀਸੋਡ ਚੱਲਣਗੇ ਆਪਣੇ ਹੂੰ ਹੂੰ ਕਿਉਂਕਿ ਕੱਲੀ ਇੱਕ ਤੋਂ ਨਹੀਂ ਬਾਬਾ ਨਾਨਕ ਜੀ ਤੋਂ ਸ਼ੁਰੂ ਹੁੰਦੀ ਹੈ ਅਸੀਸ ਹੂੰ ਗੁਰੂ ਸਾਹਿਬ ਕਿਵੇਂ ਭਾਈ ਮਰਦਾਨਾ ਜੀ ਨੂੰ ਲਿਆਂਨ ਲੈ ਕੇ ਤੁਰਦੇ ਨੇ ਕਿਸੇ ਨੂੰ ਐਂ ਲੱਗਦਾ ਹੈ ਕਿ ਬਾਬੇ ਨਾਨਕ ਜੀ ਨੂੰ ਰਾਗ ਨਹੀਂ ਸੀ ਆਉਂਦੇ ਮਰਦਾਨਾ ਜੀ ਨੂੰ ਆਉਂਦੇ ਸੀ ਕਿਉਂਕਿ ਉਹ ਤੇ ਕਈਆਂ ਨੇ ਹਰੀਦਾਸ ਨਾਲ ਜੋੜਿਆ ਕਿ ਤਾਨਸੇਨ ਦੇ ਗੁਰੂ ਜਿਹੜੇ ਸੀ ਉਹ ਹਰੀਦਾਸ ਜਿਹੜੇ ਉਹ ਬਾਈ ਮਰਦਾਨਾ ਜੀ ਉਹਨਾਂ ਦੇ ਗੁਰੂ ਸੀਗੇ ਜੀ ਮਤਲਬ ਇਦਾਂ ਦੀਆਂ ਬਹੁ ਪ੍ਰਾਂਤੀਆਂ ਫੈਲੀਆਂ ਹੋਈਆਂ ਹਮ ਇੱਕ ਸਾਡੀ ਆਦਤ ਹੈਗੀ ਹੈ ਕਿ ਅਸੀਂ ਜਿੱਥੇ ਕੋਈ ਸਾਨੂੰ ਕੋ ਚੰਗਾ ਕਹਿ ਰਿਹਾ ਨਾ ਉਹ ਭਾਵੇਂ ਫਿਰ ਸਾਡਾ ਵਿਰੋਧੀ ਕਿਉਂ ਨਾ ਅਸੀਂ ਉਹਨੂੰ ਵੀ ਸ਼ਾਬਾਸ਼ ਦੇ ਦਿੰਨੇ ਆ ਹਮ ਹਮ ਅਸੀਂ ਮਤਲਬ ਫੁੱਲੇ ਨਹੀਂ ਸਮਾਉਂਦੇ ਹਮ ਪਰ ਮਹਾਰਾਜ ਕਹਿੰਦੇ ਨੇ ਉਸਤਤ ਤੇ ਨਿੰਦਾ ਇਹ ਦੋਨੋਂ ਇੱਕੋ ਚੀਜ਼ ਦੇ ਹੂੰ ਜਿਆਦਾ ਨਿੰਦਾ ਕਰਨੀ ਝੂਠ ਨੂੰ ਝੂਠ ਕਹਿਣਾ ਨਿੰਦਾ ਨਹੀਂ ਹੈ ਗੁਲਾਬ ਨੂੰ ਗੁਲਾਬ ਕਹਿਣਾ ਨਿੰਦਾ ਨਹੀਂ ਹੈ ਗੁਲਾਬ ਨੂੰ ਕੰਡਾ ਕਹਿਣਾ ਨਿੰਦਾ ਹੈ ਹੂੰ ਤੇ ਜਿਹੜੀ ਉਸਤਤ ਹੈ ਉਹ ਉਸਤਤ ਦੇ ਅਰਥ ਉਸਤਤ ਵਾਂਗੂ ਹੋਣੇ ਚਾਹੀਦੇ ਨੇ ਨਾ ਕਿ ਚਾਪਲੂਸੀ ਵਾਂਗੂ ਹੋਣੇ ਚਾਹੀਦੇ ਨੇ ਇਹ ਸਾਡੇ ਅੱਖਰ ਵਿਸਰ ਗਏ ਨੇ ਨਾ ਹੂੰ 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 ਸੋ ਆਪਾਂ ਪਿਛਲੀਆਂ ਗੱਲਾਂ ਤੋਂ ਸਰੋਤਿਆਂ ਲਈ ਮੈਨੂੰ ਕਾਫੀ ਕਈਆਂ ਨੇ ਫੋਨ ਕਰਕੇ ਕੁਝ ਗੱਲਾਂ ਕੀਤੀਆਂ ਮੈਂ ਸਮੇਂ ਦੀ ਘਾਟ ਕਰਕੇ ਉਹਨਾਂ ਕੋ ਖਿਮਾ ਮੰਗਦਾ ਹਮ ਪਰ ਅੱਜ ਜਿਹੜਾ ਭਵਿਸ਼ਾ ਲੈ ਕੇ ਤੁਰਨਾ ਚਾਹੁੰਦੇ ਮੈਂ ਚਾਹਨਾ ਕਿ ਆਪਾਂ ਸਾਡੇ ਆਈਡੀਅਲ ਨੇ ਦਰਬਾਰ ਸਾਹਿਬ ਬਿਲਕੁਲ ਜੀ ਉੱਥੇ ਹੀ ਗੱਲ ਆ ਸਾਰੀ ਦਰਬਾਰ ਸਾਹਿਬ ਦੇ ਵਿੱਚ ਜੋ ਕੀਰਤਨ ਦੀ ਮਰਿਆਦਾ ਚੱਲ ਰਹੀ ਹੈ ਹਮ ਹਜ਼ੂਰ ਸਾਹਿਬ ਵਿੱਚ ਉਦਾਂ ਦੀ ਹੈ ਪਰ ਥੋੜੀ ਡਿਫਰੈਂਟ ਹੈ ਪਟਨਾ ਸਾਹਿਬ ਤੋਂ ਥੋੜੀ ਡਿਫਰੈਂਟ ਹੈ ਹੋਰ ਤਖਤਾਂ ਤੇ ਅਲੱਗ ਢੰਗ ਨਾਲ ਪਰ ਮੇਨ ਆਈਡੀਅਲ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਦੀ ਮਰਿਆਦਾ ਚੱਲਦੀ ਹੈ। ਕੀਰਤਨ ਦੇ ਵਿੱਚ ਅਸੀਂ ਕੀਰਤਨ ਦੀ ਡਿਊਟੀ ਨਹੀਂ ਕਹਿੰਦੇ ਕਿ ਜੀ ਮੈਂ ਡਿਊਟੀ ਕਰਨ ਚੱਲਾਂ। ਅੱਛਾ ਜੀ। ਜਾਂ ਕਹਿੰਦੇ ਆ ਜੀ ਮੈਂ ਹਾਜ਼ਰੀ ਭਰਨ ਚੱਲਾਂ। ਜੀ ਹਜ਼ੂਰੀ ਵਿੱਚ ਮੈਂ ਹੁਣ ਮੈਂ ਹੁਣ ਸਾਬਕਾ ਹੋ ਗਿਆ ਹੂੰ। ਹਜ਼ੂਰੀ ਪਹਿਲਾਂ ਸੀ। ਹੁਣ ਤਾਂ ਇੱਥੇ ਰਹਿਣ ਕੇ ਹਾਂ ਪਰ ਮਹਾਰਾਜ ਦੇ ਮਹਾਰਾਜ ਦੇ ਜਤਾਪਿਆ ਬਹਿਣੋ ਤਾਂ ਹਜ਼ੂਰੀ ਹੋਈ। ਹਾਂ ਬਿਲਕੁਲ। ਸੋ ਅਸੀਂ ਗੁਰੂ ਦੇ ਹਜ਼ੂਰ ਹੂੰ। ਹਾਜ਼ਰੀ ਭਰਨ ਚੱਲੇ ਆ। ਇਸੇ ਕਰਕੇ ਜਿਹੜਾ ਆਪਾਂ ਗਲੇ ਵਿੱਚ ਕਈ ਵਾਰ ਤੁਸੀਂ ਦੇਖਿਆ ਹੋਣਾ ਪਾਉਂਦੇ ਨੇ ਆਪਾਂ ਹਜ਼ੂਰੀਏ ਕਹਿੰਦੇ ਹਾਂ ਜਿਹੜੀ ਇਹ ਪਹਿਲਾਂ ਨਹੀਂ ਸੀ ਹੁੰਦੇ ਹਮ ਪਹਿਲਾਂ ਪਰਨੇ ਕਿਹਾ ਜਾਂਦਾ ਸੀਗਾ ਹਮ ਮਾਰੇ ਤਾਂ ਇੱਕ ਬਚਨ ਹੁੰਦਾ ਠਾਕੁਰ ਜੀਓ ਤੁਹਾਰੋ ਪਰਨਾ ਪਰਨਾ ਮੋਢੇ ਤੇ ਹੁੰਦਾ ਸੀ ਤੁਸੀਂ ਦੇਖਿਆ ਹੋਣਾ ਅੱਜ ਵੀ ਪਾਕਿਸਤਾਨ ਦੇ ਵਿੱਚ ਉਹ ਲੋਈ ਨੂੰ ਪਰਨੇ ਵਾਂਗੂ ਲੈਂਦੇ ਨੇ ਲੈਂਦੇ ਜੀ ਕਿਸੇ ਦੀ ਪੱਤ ਵੀ ਟੱਕੀ ਜਾ ਸਕਦੀ ਹੈ ਕਿਸੇ ਨੂੰ ਛਾਂ ਦਿੱਤੀ ਜਾ ਸਕਦੀ ਹੈ ਹਮ ਹਜ਼ੂਰੀ ਸ਼ਬਦ ਆਇਆ ਕਿ ਹਜ਼ੂਰ ਜਦੋਂ ਗੁਰੂ ਸਾਹਿਬ ਦੇ ਹਜ਼ੂਰ ਜਾਣਾ ਤੇ ਉੱਥੇ ਸਾਡੇ ਹੱਥ ਜਿਹੜੇ ਨੇ ਉਹ ਸਾਫ਼ ਸੁਥਰੇ ਰਹਿਣ ਕਿਉਂਕਿ ਪੁਰਾਣਾ ਸਮਾ ਜਿਹੜਾ ਸੀ ਉਹ ਇੰਨਾ ਐਡਵਾਂਸ ਨਹੀਂ ਸੀ ਸੜਕਾਂ ਪੱਕੀਆਂ ਨਹੀਂ ਸੀ ਮਿੱਟੀ ਘੱਟਾ ਥਾਂ ਥਾਂ ਤੇ ਸੀ ਸਰੋਵਰ ਇਸੇ ਕਰਕੇ ਬਣੇ ਨੇ ਕਿਉਂ ਮਿੱਟੀ ਘੱਟੇ ਤੋਂ ਜਿਹੜਾ ਹੁੰਦਾ ਸੀ ਆਪਣੇ ਪੈਰ ਤੋਂ ਹੁੰਦਾ ਸੀ ਇਸ਼ਨਾਨ ਕਰਦਾ ਸੀ ਹਾਂ ਸਵਾਸ਼ੋਕੇ ਜਾਂਦਾ ਸੀ ਮੇਨ ਕਾਰਨ ਇਹ ਸੀ ਤੇ ਕੀਰਤਨ ਦੀ ਜਿਹੜੀ ਉਹ ਹਾਜ਼ਰੀ ਹੁੰਦੀ ਹੈ ਭਾਵੇਂ 1 ਘੰਟੇ ਦੀ ਹੈ ਭਾਵੇਂ ਆਸਾ ਦੀ ਵਾਰ 3.5 ਘੰਟੇ 2.5 ਘੰਟੇ ਹੈਗੀ ਹੈ ਉਹਨੂੰ ਚੌਂਕੀ ਕਿਹਾ ਜਾਂਦਾ ਹੈ ਅੱਛਾ ਜੀ ਚੌਂਕੀ ਤੋਂ ਭਾਵ ਕੀ ਹੈ ਚੌਂਕੀ ਤੋਂ ਭਾਵ ਇਹ ਹੈ ਕਿ ਚਾਰ ਭਾਈਆਂ ਦਾ ਇੱਕ ਜਥਾ ਹੁਣ ਤਿੰਨ ਹੋ ਗਏ ਨੇ ਪਰ ਪ੍ਰਾਤਨ ਸਮੇ ਤੋਂ ਚੌਂਕੀ ਦੇ ਵਿੱਚ ਚਾਰ ਭਾਈਆਂ ਦਾ ਇੱਕ ਜਥਾ 2 33 ਸਾਜ ਵਾਲੇ ਕਿਉਂਕਿ ਹਰਮੋਨੀਅਮ ਆਇਆ ਨਹੀਂ ਸੀ ਅਜੇ ਉਸ ਸਾਜ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਇਸ ਰਾਜ ਬਾਰੇ ਭਾਈ ਜੋਤ ਸਿੰਘ ਜੀ ਵਜਾਉਂਦੇ ਨੇ ਇਹਦੇ ਉੱਤੇ ਇੱਕ ਛੋਟਾ ਜਿਹਾ ਗ੍ਰਾਮਫੋਨ ਦਾ ਸਪੀਕਰ ਲੱਗ ਜਾਂਦਾ ਫਿਰ ਇਹਨੂੰ ਅਸੀਂ ਤਾਰ ਸਹਿਨਾਈ ਕਹਿੰਦੇ ਆ ਅੱਛਾ ਜੀ ਉਹ ਸ਼ਹਿਨਾਈ ਵਰਗਾ ਉਹਦਾ ਮੂੰਹ ਹੈ ਤੇ ਉਹ ਜਿਹੜੀ ਆਵਾਜ਼ ਕੱਢਦਾ ਉਹ ਤੋਂ ਥੋੜੀ ਡਿਫਰੈਂਟ ਹੋ ਜਾਂਦੀ ਉਹਨੂੰ ਸਤਾਰ ਸ਼ਹਿਨਾਈ ਕਹਿ ਦਿੰਦੇ ਆਪਾਂ ਸੋ ਇਹੀ ਸਾਜ਼ ਦੇ ਦੋ ਸਾਜ਼ ਇਸ ਸਾਜ਼ ਦੇ ਦੋ ਸਾਜ਼ ਬਣ ਜਾਂਦੇ ਨੇ ਪਹਿਲਾ ਦਿਲਰਬੇ ਨਾਲੋਂ ਇਹ ਫਰਕ ਹੈ ਕਿ ਇਹਦਾ ਢਿੱਡ ਜਿਹੜਾ ਹੈ ਛੋਟਾ ਹੈ ਹੁਣ ਤੁਸੀਂ ਅਗਰ ਦੀ ਬਣਤਰ ਦੇਖੋਗੇ ਥੱਲੇ ਇਹ ਸਰੰਗੀ ਦਾ ਢੜ ਹੈ ਬਿਲਕੁਲ ਠੀਕ ਹੈ ਉੱਪਰ ਇਹ ਸਿਤਾਰ ਹੈ ਬਿਲਕੁਲ ਠੀਕ ਇਹਦੇ ਵਿੱਚ ਪਰਦੇ ਲੱਗੇ ਹੋਏ ਨੇ ਹੂੰ ਇਹਨੂੰ ਅਸੀਂ ਪਰਦੇ ਕਹਿੰਦੇ ਆ ਹੂੰ ਇੱਕ ਇੱਕ ਸੁਰ ਦਾ ਪਰਦਾ ਸੋ ਥੱਲੜਾ ਢੜ ਸਰੰਗੀ ਦਾ ਉੱਪਰਲਾ ਢੜ ਸਿਤਾਰ ਦਾ ਇਹਨੂੰ ਜੋੜ ਕੇ ਸਾਜ਼ ਬਣਾਇਆ ਗਿਆ ਕਿਉਂਕਿ ਸਾਜ਼ ਇਦਾਂ ਹੀ ਜਾਦ ਹੁੰਦੇ ਨੇ ਹੁਣ ਸਿਤਾਰ ਵਰਗਾ ਇੱਕ ਸਾਜ਼ ਹੈ ਉਹਨੂੰ ਕਹਿੰਦੇ ਨੇ ਸੁਰਬਹਾਰ ਤੁਸੀਂ ਦੇਖੋਗੇ ਤੇ ਉਹ ਇੱਕਦਮ ਇੱਕੋ ਜਿਹਾ ਲੱਗੂਗਾ ਹੁਣ ਇਸ ਨਾਲੋਂ ਇੱਕ ਹੋਰ ਇਸ ਰਾਜ ਹੈ ਉਹ ਇਸ ਤੋਂ ਵੀ ਵੱਡੀ ਹੁੰਦੀ ਹੈ ਉਹ ਬੰਗਾਲ ਦੇ ਵਿੱਚ ਉਹ ਵਜਾਈ ਜਾਂਦੀ ਹੈ ਤੇ ਗੱਲ ਚੌਕੀਆਂ ਦੀ ਚੱਲ ਰਹੀ ਸੀ ਦੋ ਤੰਤੀ ਸਾਜ਼ਾਂ ਦੇ ਜੱਥੇ ਇੱਕ ਨਾਲ ਜੋੜੀ ਪਖਾਵਜ ਵਾਲਾ ਤਬਲੇ ਵਾਲਾ ਨਹੀਂ ਤਬਲੇ ਦੀ ਯਾਦਵਾਦ ਚ ਹੋਈ ਹੈ ਤਬਲਾ ਹੂੰ ਜਦੋਂ ਢੋਲਕ ਵਰਗਾ ਇੱਕ ਸਾਜ਼ ਜਿਹਨੂੰ ਪਖਾਵਜ ਕਿਹਾ ਜਾਂਦਾ ਸੀ ਕਹਿੰਦੇ ਨੇ ਕਿ ਅਮੀਰ ਖੁਸਰੋ ਨੇ ਇਹ ਕਿਹਾ ਜਾਂਦਾ ਮੈਂ ਪੱਕਾ ਨਹੀਂ ਕਹਿੰਦਾ ਲੇਕਿਨ ਹੂੰ ਜਦੋਂ ਇਹ ਕਿਹਾ ਜਾਂਦਾ ਤੇ ਮੈਂ ਹੋ ਜਾਣਾ ਵੀ ਨਹੀਂ ਸਪਸ਼ਟ ਹੈ ਗੱਲ ਗੱਲ ਬਣਦੀ ਹੈ ਹੂੰ ਕਹਿੰਦੇ ਜਦੋਂ ਦੋ ਹਿੱਸੇ ਕਰਕੇ ਇਹਨੂੰ ਬਜਾਇਆ ਹੂੰ ਇਜਾਦ ਕੀਤੀ ਇੱਕ ਨਵੇਂ ਸਾਜ਼ ਦੀ ਵੀ ਮੈਨੂੰ ਜੇ ਇਹਨੂੰ ਦੋਨਾਂ ਦੇ ਵਿੱਚੋਂ ਢੋਲਕੀ ਨੂੰ ਕਹਾਂ ਮੈਂ ਸਰੋਤਿਆਂ ਲਈ ਕਹਿ ਲਵਾਂ ਸੌਕੀ ਗੱਲ ਕਿ ਢੋਲਕੀ ਨੂੰ ਵਿੱਚੋਂ ਕੱਟ ਕੇ ਤੇ ਮੈਂ ਦੋ ਹਿੱਸਿਆਂ ਦੇ ਰੱਖ ਕੇ ਉਹਨੂੰ ਬਜਾਵਾਂ ਇਹ ਬਜੂਗਾ ਹੂੰ ਕਹਿੰਦੇ ਜਦੋਂ ਉਹਨਾਂ ਨੇ ਵਜਾ ਕੇ ਇਹ ਦੇਖਿਆ ਤੇ ਹਿੰਦੀ ਵਿੱਚ ਕਿਹਾ ਕਿ ਹਾਂ ਤੱਬ ਵੀ ਬੋਲਾ ਹੂੰ ਕੱਟਣ ਤੋਂ ਬਾਅਦ ਵੀ ਇਹ ਬੋਲਿਆ ਤੱਬ ਵੀ ਬੋਲਾ ਤਾਂ ਤੱਬ ਲਾਹ ਬਣਿਆ ਹੂੰ ਹੂੰ ਗੱਲ ਬਣਦੀ ਗੱਲ ਬਣਦੀ ਆ ਤੱਬ ਵੀ ਬੋਲਾ ਹੂੰ ਸੋ ਜੋੜੀ ਪਖਾਵੇ ਸਾਡਾ ਗੁਰਮਤ ਸੰਗੀਤ ਦਾ ਸਾਜ ਹੈ ਉਹਦੇ ਤੇ ਆਟਾ ਲੱਗਦਾ ਸੀ ਦਰਬਾਰ ਸਾਹਿਬ ਵਿੱਚ ਤੁਸੀਂ ਦੇਖੋਗੇ ਨੋਟ ਕਰੋਗੇ ਸਿਰਫ ਤੇ ਸਿਰਫ ਦਰਬਾਰ ਸਾਹਿਬ ਦੇ ਵਿੱਚ ਆਮ ਜਿੰਨੇ ਵਰਲਡ ਦੇ ਗੁਰਦੁਆਰੇ ਨੇ ਸ਼ਾਇਦ ਹੁਣ ਕੋਈ ਅਗਰ ਉਹ ਕਰਦਾ ਹੋਵੇ ਤੇ ਗਲਤ ਗੱਲ ਹੈ ਕਿਉਂਕਿ ਮਰਿਆਦਾ ਮਰਿਆਦਾ ਹੀ ਹੁੰਦੀ ਹੈ। ਹੂੰ। ਤਬਲੇ ਵਾਲਾ ਜਿਹੜਾ ਹੈ ਉਹ ਮਹਾਰਾਜ ਦੇ ਲਾਗੇ ਵਾਲੇ ਸੱਜੀ ਹੱਥ ਬੰਦਾ ਹੁੰਦਾ ਸੀ ਹੋਰ ਸਾਰਿਆਂ ਗੁਰਦੁਆਰੇ ਵਿੱਚ। ਹੂੰ। ਲੇਕਿਨ ਦਰਬਾਰ ਸਾਹਿਬ ਦੇ ਵਿੱਚ ਉਹ ਦੂਸਰੇ ਪਾਸੇ ਜਾ ਕੇ ਬੰਦਾ ਹੈ। ਉਹਦਾ ਕਾਰਨ ਹੂੰ ਕਿ ਪੁਰਾਣੇ ਸਮੇਂ 'ਚ ਤਬਲੇ ਦੇ ਉੱਤੇ ਆਟਾ ਲੱਗਦਾ ਸੀ। ਸ਼ਾਹੀ ਦੀ ਆਜਾਦ ਸੀ ਪਰ ਉਹ ਵਜਾਈ ਨਹੀਂ ਸੀ ਜਾਂਦੀ ਕਿਉਂਕਿ ਤਬਲੇ ਦਾ ਵਜਾਉਣ ਦਾ ਉਹ ਢੰਗ ਵੱਖਰਾ ਸੀ। ਹੂੰ। ਜਦੋਂ ਆਟੇ ਤੇ ਹੱਥ ਪੈਂਦੇ ਸੀਗੇ ਉੜਦਾ ਸੀ ਉਹ ਉੜਦਾ ਸੀ ਹੂੰ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਵਾਰੀ ਵੀ ਕਿ ਮਾਈਕ ਨਾ ਹੁਣ ਕਰਕੇ ਸਪੀਕਰ ਸਾਊਂਡ ਸਿਸਟਮ ਨਾ ਹੁਣ ਕਰਕੇ ਇਹ ਉੱਚੀ ਆਵਾਜ਼ ਵਿੱਚ ਗਾਣਾ ਜਿਹੜਾ ਸੀ ਉਹ ਉੱਚੀ ਆਵਾਜ਼ ਚ ਹੁੰਦਾ ਸੀ ਹੂੰ ਸੋ ਉਹ ਉੱਡ ਕੇ ਜਾਂਦਾ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਤੂੰ ਉੱਠ ਕੇ ਉਧਰ ਜਾਇਆ ਕਰ ਪਰਲੇ ਬੰਨੇ ਬੈ ਹੂੰ ਸੋ ਚਾਰ ਜਾਣਿਆਂ ਦੇ ਜਥੇ ਨੂੰ ਚੌਂਕੀ ਕਿਹਾ ਜਾਂਦਾ ਤੇ ਉਹ ਕੀਰਤਨ ਕਰਨ ਦਾ ਇੱਕ ਢੰਗ ਹੈ ਉਹਦੇ ਚਾਰ ਚਰਨ ਨੇ ਅੱਛਾ ਜੀ ਪਹਿਲਾ ਚਰਨ ਹੈ ਜਿਵੇਂ ਜੋਤ ਸਿੰਘ ਜੀ ਨੇ ਇੱਕ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਧੁਨ ਵਜਾਈ ਬਿਲਕੁਲ ਠੀਕ ਐਦਾਂ ਹੀ ਨਾਲ ਤਬਲੇ ਵਾਲਾ ਜੋੜੀ ਵਾਲਾ ਉਹ ਆਪਣਾ ਸਾਥ ਵਜਾਉਂਦਾ ਸੀ ਇੱਕ ਮਾਹੌਲ ਕ੍ਰੀਏਟ ਕਰਦਾ ਸੀ ਜਿੰਨੂੰ ਅਸੀਂ ਅਗਰ ਮੈਂ ਤੁਹਾਨੂੰ ਹੋਰ ਸੌਖੇ ਢੰਗ ਨਾਲ ਦੱਸਾਂ ਕਿ ਕੀਰਤਨ ਚੋਂ ਦੋ ਚੀਜ਼ ਅਲੋਪ ਹੋ ਗਈ ਹੈ ਹੁਣ ਕਿੱਥੋਂ ਸਾਨੂੰ ਸੁਣਨ ਨੂੰ ਮਿਲਦੀ ਆ ਤੁਸੀਂ ਕਵਾਲੀਆਂ ਅਗਰ ਸੁਣੋ ਹਮ ਨੂਸਰ ਸਾਹਿਬ ਦੀਆਂ ਕਵਾਲੀਆਂ ਤੋਂ ਪਹਿਲਾਂ ਹਾਰਮੋਨੀਅਮ ਤੇ ਤਬਲਾ ਵਜਾ ਕੇ ਤਾੜੀ ਵਜਾ ਕੇ ਆਪਣਾ ਮਾਹੌਲ ਕ੍ਰੀਏਟ ਕਰਦੇ ਬਿਲਕੁਲ ਕਰਦੇ ਹਾਂ ਉਹਨੂੰ ਕਹਿੰਦੇ ਨੇ ਸ਼ਾਨ ਵਜਾਣੀ ਹਮ ਲਹਿਰਾ ਇੱਕ ਲਹਿਰ ਦੇਣੀ ਤਾਕੀ ਜਿਹੜੇ ਸਰੋਤਾ ਨੇ ਉਹ ਇੱਕ ਮਿਕ ਹੋ ਜਾਣ ਟੇਕੇ ਬੈਠ ਜਾਣ ਬਹੁਤ ਵੱਡੀ ਗੱਲ ਆ ਦੂਸਰਾ ਚਰਨ ਆਉਂਦਾ ਮੰਗਲਾ ਚਰਨ ਹੂੰ ਦੂਜਾ ਚਰਨ ਹੈ ਮੰਗਲਾ ਚਰਨ ਉਸਤਤ ਦੇ ਵਿੱਚ ਇਹ ਨਹੀਂ ਕਿ 15 ਸੈਕਿੰਡ ਜਾਂ 30 ਸੈਕਿੰਡ ਦੇ ਵਿੱਚ ਮੰਗਲਾ ਚੰਨ ਖਤਮ ਕਰਤਾ ਹੂੰ ਜਿਵੇਂ ਅੱਜ ਹੋ ਰਿਹਾ ਡੰਡੋਤ ਬੰਦਨ ਕਰਕੇ ਪਰ ਡੰਡੋਤ ਬੰਦਨ ਅਨਕ ਬਾਰ ਨਹੀਂ ਕਿਹੜੇ ਸ਼ਬਦ ਮੰਗਲਾ ਚੰਨ ਚ ਬੋਲਣੇ ਨੇ ਹੇ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰਣਾ ਮੈਂ ਸਭ ਦੁਖਹਾਰੋ ਏ ਸਰਣ ਜੋਗ ਦਿਆਲੇ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਇਹ ਸਹਿਸਕ੍ਰਿਤੀ ਦਾ ਸ਼ਲੋਕ ਹੈ ਇਦਾਂ ਕਰਕੇ ਫਿਰ ਆਨੰਦ ਗੁਣੀ ਨਿਧਾਨ ਬੋਲਣ ਦਾ ਚਲਨ ਬਣਿਆ ਜਿਹੜੀ ਕਿ ਬਾਣੀ ਨਹੀਂ ਹੈ ਬਟ ਇਹ ਬੋਲਿਆ ਜਾਂਦਾ ਹੈ ਬਾਹਰ ਦੀ ਚੀਜ਼ ਹੈ ਗੁਰੂ ਗਰੀਬ ਨਵਾਜ ਇਹ ਵੀ ਬੋਲਿਆ ਜਾਂਦਾ ਹੈ ਬਾਹਰ ਦੀ ਚੀਜ਼ ਹੈ ਸਾਡੇ ਉਸਤਾਦ ਜੀ ਮਨਾ ਕਰਦੇ ਹੁੰਦੇ ਸੀ ਵੀ ਇਹ ਨਹੀਂ ਗਾਉਣਾ ਤੁਸੀਂ ਸੋ ਕਿਸੇ ਹੱਦ ਤੱਕ ਅਸੀਂ ਇਸ ਨੂੰ ਨਹੀਂ ਰੋਕਿਆ ਪਰ ਇਹ ਆਦਤਾਂ ਪੈ ਗਈਆਂ ਨੇ ਸੋ ਇਦਾਂ ਕਰਕੇ ਇਹ ਡੰਡੋਤ ਹੁੰਦੀ ਹੈ ਹੂੰ 5 ਮਿੰਟ ਨਹੀਂ 10 12 15 ਮਿੰਟ ਮੈਂ ਖੁਦ ਸੁਣੀ ਹੈ ਹੁਣ ਦੇ ਸਮੇਂ ਦੇ ਵਿੱਚ ਵੀ ਇਹ ਦੂਜਾ ਚਰਨ ਹੋ ਗਿਆ ਇਹ ਦੂਜਾ ਚਰਨ ਹੈ ਤੀਸਰਾ ਚਰਨ ਹੈ ਜਿਹਦੇ ਵਿੱਚ ਕਿ ਅਸੀਂ ਧਰੁਪਦ ਸ਼ੈਲੀ ਦਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਉਦੋਂ ਧਰੁਪਦ ਚੱਲਦਾ ਹੁੰਦਾ ਸੀ ਧਰੁਪਦ ਕੀ ਹੈ ਜੀ ਧਰੁਪਦ ਇੱਕ ਗਾਇਕੀ ਦਾ ਅੰਗ ਹੈ ਅੰਗ ਓਕੇ ਗਾਇਕੀ ਦਾ ਅੰਗ ਹੈ ਧਰੁਪਦ ਗਾਇਕੀ ਹੁੰਦੀ ਸੀ ਉਹਦੇ ਵਿੱਚ ਬਾਣੀਆਂ ਚੱਲਦੀਆਂ ਸੀ ਗੋਹਰ ਬਾਣੀ ਫਿਰ ਗੁਰ ਬਾਣੀ ਇਹ ਗੁਰ ਬਾਣੀ ਜਿਹੜੀ ਹੈ ਇਹਨੂੰ ਜੇ ਤੁਸੀਂ ਨਿਖੇੜਦੇ ਆ ਨਾ ਇਹ ਧਰੁਪਦ ਦੇ ਅੰਗ ਦੇ ਨਾਲ ਜਾ ਕੇ ਚੱਲਦੀ ਧਰੁਪਦ ਦੀ ਚਾਲ ਥੋੜੀ ਵੱਖਰੀ ਹੈ ਧਰੁਪਦ ਦਾ ਸਟਾਈਲ ਮੈਂ ਇੰਨਾ ਸਮਝਾ ਨਹੀਂ ਸਕਾਂਗਾ ਕਿਉਂਕਿ ਇਹ ਸੰਗੀਤ ਨਾਲ ਰਿਲੇਟਡ ਚੀਜ਼ ਹੈ ਮੈਂ ਸੌਖੀ ਗੱਲ ਤੋਂ ਸਮਝਾਉਣਾ ਕਿ ਜਿਵੇਂ ਅੱਜ ਅਸੀਂ ਸੁਗਮ ਸੰਗੀਤ ਸੁਣਦੇ ਹਾਂ ਫਿਲਮੀ ਸੰਗੀਤ ਨੂੰ ਸੁਗਮ ਸੰਗੀਤ ਕਿਹਾ ਜਾਂਦਾ ਹੈ ਲੋਕ ਸੰਗੀਤ ਵੱਖਰਾ ਹੈ ਜਿਵੇਂ ਅਸੀਂ ਘੋੜੀਆਂ ਸੁਣਦੇ ਹਾਂ ਹੂੰ ਕੁੜੀ ਤੇਰੀ ਵੇ ਮੱਲਾ ਸੋਣੀ ਇਹ ਬੜਾ ਹੰਸਰਾਗ ਹੈ ਹੂੰ ਸਾਲ ਦੀ ਬਾਣੀ ਦਾ ਹੂੰ ਸੋਣੀ ਸਜ ਦੀ ਕਾਠੀਆਂ ਨਾਲ ਇੰਦੀ ਚਾਲ ਇਦਾਂ ਦੀ ਹੈ ਕਾਠੀ ਡੇੜ ਤੇ ਹਜ਼ਾਰ ਮੈਂ ਬਲਿਹਾਰੀ ਵੇ ਮਾਂ ਦੇ ਅਸੁਰ ਜੜਾ ਸੁਰਜੜਾ ਇਹ ਚਾਲ ਹੈ ਇੱਕ ਦਿਨਾਂ ਦੀ ਜਿਵੇਂ ਕੀਰਨੇ ਪਾਉਂਦੀਆਂ ਸੀ ਬੀਬੀਆਂ ਲਾਹਣੀਆਂ ਗਾਉਂਦੀਆਂ ਸੀ ਹੂੰ ਵੇ ਤੂੰ ਕਿੱਥੇ ਗਿਆ ਸੀ ਫਿਰ ਪਿੱਛੇ ਰੋਣਾ ਛੱਡ ਦਿਆਂ ਸੀ ਇਹ ਸਾਰਾ ਕੋਸ਼ਿਕ ਸਾਡਾ ਅੰਗ ਸੀ ਲੋਕ ਸੰਗੀਤ ਦਾ ਹਮ ਇੱਕ ਗਾਣਾ ਦੱਸਦਾ ਤੁਹਾਨੂੰ ਲੋਕ ਸੰਗੀਤ ਦਾ ਇੱਕ ਗਾਣਾ ਹੈ ਹਮ ਆਇਓ ਰੱਬਾ ਨਹੀਓ ਲੱਗਦਾ ਦਿਲ ਮੇਰਾ ਹਮ ਇਹ ਵੀ ਲੋਕ ਸੰਗੀਤ ਦਾ ਇਹ ਰਾਗ ਕਿਹੜਾ ਜੀ ਗੁਰਬਾਣੀ ਦਾ ਰਾਗ ਹੈ ਤਿਲੰਗ ਰਾਗ ਹੈ ਗੁਰਬਾਣੀ ਵਿੱਚ ਲੋਕ ਸੰਗੀਤ ਦੇ ਰਾਗ ਨੇ ਦੇਸੀ ਰਾਗ ਨੇ ਜਿਹੜੇ ਇਹ ਫਿਰ ਹੋਰ ਬਾਹਰਲੇ ਰਾਗ ਨੇ ਫਿਰ શાસ્ત્રીય ਸੰਗੀਤ ਦੇ ਰਾਗ ਵੀ ਨੇ ਇਹ ਬਣ ਗੀਆਂ ਸੋ ਇਦਾਂ ਇੱਕ ਗਾਇਕੀ ਹੁੰਦੀ ਸੀ ਧਰੋਪਤ ਗਾਇਕੀ ਅੱਛਾ ਉਹ ਚ ਸ਼ਬਦ ਪੜਿਆ ਜਾਂਦਾ ਸੀ ਉਹਦੇ ਵਿੱਚ ਫਿਰ ਤਬਲੇ ਵਾਲਾ ਜੋੜੀ ਵਾਲਾ ਉਹ ਸਾਥ ਵਜਾਉਂਦਾ ਸੀ ਅੱਛਾ ਇੱਥੇ ਮੈਂ ਇੱਕ ਰੋਕਦਾ ਹਾਂ ਇੱਕ ਤਬਲੇ ਤੋਂ ਵੱਡਾ ਵੱਡਾ ਸਾਈਜ਼ ਉਹਨੂੰ ਉਹਨੂੰ ਮਦਰੰਗ ਮਰਦੰਗ ਉਹ ਅੱਛਾ ਉਹਨੂੰ ਜੋੜੀ ਪਖਾਵਜ ਮਰਦਾਂ ਦੇ ਜਿਹੜਾ ਢੋਲ ਕੀ ਵਰਗਾ ਉਹ ਤਾਂ ਉਹ ਤਾਂ ਦੂਜਾ ਹੈ ਤੇ ਜਿਹੜਾ ਵੱਡਾ ਤਬਲਾ ਜਿਹੜਾ ਉਹ ਕਿਤੇ ਕਿਤੇ ਕੀਰਤਨੀਏ ਵਜਾਉਂਦੇ ਨੇ ਉਹ ਉਹ ਹਾਂਜੀ ਉਹਨੂੰ ਜੋੜੀ ਪਖਾਵਜ ਕਹਿੰਦੇ ਨੇ ਜੋੜੀ ਪਖਾਵਤ ਕਹਿੰਦੇ ਇਹਨੂੰ ਜੋੜੀ ਤਬਲਾ ਕਹਿੰਦੇ ਆ ਕਿਉਂਕਿ ਜੋੜੀ ਹੁੰਦੀ ਦੋ ਦੋ ਦੀ ਤੇ ਜੋੜੀ ਤਬਲਾ ਜਿਹੜਾ ਅੱਜ ਕੱਲ ਹੈ ਉਹ ਜੋੜੀ ਪਖਾਵਜ ਪਖਾਵੇ ਦੇ ਵਿੱਚ ਖੁੱਲਾ ਬੋਲ ਹੈ ਉਹਦੀ ਵਜਾਉਣ ਦਾ ਤਰੀਕਾ ਅਲੱਗ ਹੈ ਉਹਦੀ ਗੂੰਜ ਵੱਧ ਹੈ ਉਹ ਗੰਭੀਰਤਾ ਦੇ ਵਿੱਚ ਹੈ ਹਾਂ ਉਹ ਕਿਤੇ ਕਿਤੇ ਕੀਰਤਨੀ ਵੀ ਵਜਾਉਂਦੇ ਕਿਤੇ ਕਿਤੇ ਵਜਾਉਂਦੇ ਜਿਹੜੇ ਸੂਝਵਾਨ ਨੇ ਤੇ ਦੂਸਰੀ ਗੱਲ ਹੈਗੀ ਐ ਜਦੋਂ ਇਹ ਸ਼ਬਦ ਪੜਿਆ ਜਾਂਦਾ ਤਰੁਪਦ ਦਾ ਪੜ ਕੇ ਫੇਰ ਉਹ ਇੱਕ ਦੂਜਾ ਹੌਲੀ ਹੌਲੀ ਦੂਸਰੇ ਸ਼ਬਦ ਲਾਉਂਦੇ ਨੇ ਫੇਰ ਸਿੰਪਲ ਜਿਹਨੂੰ ਅਸੀਂ ਕਹਿ ਦਿੰਨੇ ਕੈਰਵੇ ਵਾਲੇ ਸ਼ਬਦ ਜੋ ਅੱਜ ਚੱਲ ਰਿਹਾ ਹੂੰ ਚਲੰਤ ਲੈ ਵਾਲੇ ਉਹ ਪੜ ਕੇ ਤੇ ਚੌਥਾ ਚਰਨ ਹੈ ਪੌੜੀ ਦਾ ਅੱਛਾ ਜੀ ਜਿਹੜੀ ਆਪਾਂ ਸੁਣਦੇ ਆਂ ਦਰਬਾਰ ਸਾਹਿਬ ਹੂੰ ਪੌੜੀ ਵੱਡੀ ਉਹ ਵੱਡਾ ਆਪਾਰ ਤੇਰਾ ਮਰਤਬਾ ਹਾਂ ਹੈ ਜੀ ਤੇ ਆਸਾ ਦੀ ਵਾਰ ਦੀਆਂ ਪੌੜੀਆਂ ਨੇ ਜਿੱਦਾਂ ਹੁਣ ਬਸੰਤ ਸ਼ੁਰੂ ਹੋ ਗਿਆ ਹੁਣ ਵੱਡਿਓ ਵੱਡਾ ਪਾਰ ਤੇਰਾ ਮਰਤਵਾ ਨਹੀਂ ਲੱਗਦਾ ਹੁਣ ਬਸੰਤ ਦੀਆਂ ਉਹ ਤਿੰਨ ਪੌੜੀਆਂ ਲੱਗਦੀਆਂ ਨੇ ਸੋ ਇਹ ਚੌਥਾ ਚਰਨ ਪੌੜੀ ਹੈ ਇਸ ਸਾਰੀ ਪ੍ਰਕਿਰਿਆ ਨੂੰ ਚੌਂਕੀ ਕਿਹਾ ਜਾਂਦਾ ਹੈ ਅੱਛਾ ਇੱਕ ਦੱਸਿਓ ਸਵੇਰ ਤੋਂ ਸ਼ੁਰੂ ਹੋ ਕੇ ਜੀ ਰਾਤ ਤੱਕ ਕੀਰਤਨ ਵੱਖੋ ਵੱਖ ਸਮੇਂ ਤੇ ਜਿਹੜਾ ਕਰਨਾ ਹੈ ਉਹਦਾ ਵੀ ਅਲੱਗ ਨਉ ਹੈ ਜਾਂ ਕੀਰਤਨ ਹੀ ਹੈ ਸਾਰਾ ਦਿਨ ਨਹੀਂ ਉਹਦੇ ਵਿੱਚ ਅਲੱਗ ਹੈ ਜੀ ਅੱਛਾ ਮੈਂ ਕੁਝ ਚੀਜ਼ਾਂ ਮੈਂ ਦੇਖ ਕੇ ਪੜ੍ਹ ਕੇ ਇਸ ਨੂੰ ਮੈਂ ਦੱਸ ਨਾ ਕੋਈ ਨਾ ਕੋਈ ਨਾ ਜੀ ਹੂੰ ਸੀ ਜਿਵੇਂ ਅੰਮ੍ਰਿਤ ਵੇਲੇ ਤੋਂ ਪਹਿਲਾਂ ਆਸਾ ਦੀ ਵਾਰ ਚੌਂਕੀ ਆਉਂਦੀ ਹੈ ਲੇਕਿਨ ਉਸ ਤੋਂ ਪਹਿਲਾਂ ਤਿੰਨ ਪੈਰੇ ਦੀ ਚੌਂਕੀ ਹੈ ਅੱਛਾ ਕਿਵਾੜ ਖੁੱਲਣ ਤੋਂ ਬਾਅਦ ਮਾਰੇ ਦਾ ਸਰੂਪ ਜਦੋਂ ਨਹੀਂ ਆਇਆ ਹੁੰਦਾ ਤਿੰਨ ਪੈਰੇ ਦੀ ਚੌਂਕੀ ਹੈ ਬਿਲਕੁਲ ਠੀਕ ਤੀਜੇ ਪੈਰ ਦੀ ਹੂੰ ਉਹਦੇ ਵਿੱਚ ਉਸ ਸਮੇਂ ਦੇ ਸਬੰਧਤ ਰਾਗਾਂ ਦੇ ਨਾਲ ਕੀਰਤਨ ਹੁੰਦਾ ਸੀ ਹੁਣ ਨਹੀਂ ਹੁੰਦਾ ਨਹੀਂ ਹੁੰਦਾ ਮੈਂ ਕਹਾ ਨਹੀਂ ਹੁੰਦਾ ਇੱਕ ਸ਼ਬਦ ਪੜ੍ਹਦੇ ਨੇ ਉਹ ਪੜ੍ਹ ਕੇ ਉਸ ਤੋਂ ਬਾਅਦ 5 ਮਿੰਟ ਪੜ੍ਹ ਕੇ ਤੇ ਪਰ ਅਗਰ ਮੈਂ ਗੱਲ ਕਹਾਂ ਜੀ ਉਸ ਸਮੇਂ ਤੀਜੇ ਪੈਰ ਦੇ ਵਿੱਚ ਗੁਰਬਾਣੀ ਦੀ ਮਤ ਅਨੁਸਾਰ ਕਿਤੇ ਉਸ ਅਸਥਾਨ ਦੇ ਅੰਦਰ ਸ਼ਬਦ ਪੜਿਆ ਜਾ ਰਿਹਾ ਹੋਵੇ ਨਾ ਕੀਰਤਨੀਆਂ ਗੁਰੂ ਦੇ ਭਾਵ ਦੇ ਵਿੱਚ ਡੁੱਬਿਆ ਹੋਵੇ ਮਰਿਆਦਾ ਦੇ ਨਾਲ ਹੋਵੇ ਮਰਿਆਦਾ ਦੇ ਨਾਲ ਹੋਵੇ ਸਾਜ਼ਾਂ ਦੀ ਖੜਕਣਾਹਟ ਨਾ ਹੋਵੇ ਵਾਜੇ ਦਾ ਵਜਾਉਣਾ ਨਾ ਹੋਵੇ ਤਬਲੇ ਦੇ ਜ਼ਿਆਦਾ ਬੋਲ ਨਾ ਹੋਣ ਤੇ ਟਕਾ ਕੇ ਜਿਹੜਾ ਕੀਰਤਨ ਹੁੰਦਾ ਨਾ ਉਹ ਸੁਰਤੀ ਜੋੜ ਦਿੰਦਾ ਹੂੰ ਬੰਦੇ ਨੂੰ ਲੱਗਦਾ ਕਿ ਮੈਂ ਅਸਲੀ ਸਵਰਗ ਜੇ ਕਿਸੇ ਨੂੰ ਕਿਹਾ ਤੇ ਉਹ ਇੱਥੇ ਹੀ ਹੈ ਉਹ ਉਦੋਂ ਲੱਗਦਾ ਜਦੋਂ ਅਸੀਂ ਉਹਦੀ ਉਸਤਤ ਦੇ ਨਾਲ ਜੁੜਦੇ ਉਸ ਸਮੇ ਉਸਤਤ ਵਾਲੇ ਕਿਹੜੇ ਸ਼ਬਦ ਪੜ੍ਹਨੇ ਭਾਬੀਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਚਲਾ ਗਏ ਉਠ ਨਾਮ ਜਪ ਨਿਸਬਾਸੁਰ ਆਰਾਧ ਇਦਾਂ ਦੇ ਸ਼ਬਦ ਜਿਹੜੇ ਨੇ ਜਿਹੜੇ ਹਲੂਣਾ ਦਿੰਦੇ ਨੇ ਮਨ ਨੂੰ ਵੀ ਮਨਾ ਜਾਗ ਗੁਰੂ ਦੀ ਉਸਤਤ ਕਰਨ ਦਾ ਵੇਲਾ ਹੋ ਗਿਆ ਉਸ ਤੋਂ ਬਾਅਦ ਆਸਾ ਦੀ ਵਾਰ ਦੀ ਚੌਕੀ ਆਉਂਦੀ ਹੈ ਜੀ ਫਿਰ ਸਵਾ ਪੈਰ ਦਿਨ ਚੜੇ ਬਿਲਾਵਲ ਦੀ ਚੌਂਕੀ ਆਉਂਦੀ ਹੈ ਜਿਹੜੀ ਆਪਾਂ ਟੈਲੀਕਾਸਟ ਦੇਖਦੇ ਆ ਅਖੀਰ ਲਾਰ ਅਰਦਾਸ ਤੋਂ ਅਸਰ ਦੀ ਵਾਰ ਤੋਂ ਬਾਅਦ ਫਿਰ ਆਮ ਕਰਕੇ ਜਿਹੜੀਆਂ ਸਿੰਪਲ ਮੈਪ ਦੱਸਦੇ ਨੇ ਉਹਦੇ ਵਿੱਚ ਰੈਰਾ ਸਾਹਿਬ ਤੋਂ ਪਹਿਲਾਂ ਇੱਕ ਸੋਦਰ ਦੀ ਚੌਂਕੀ ਆਉਂਦੀ ਹੈ ਉਹਨੂੰ ਅਸੀਂ ਸੋਦਰ ਦੀ ਚੌਂਕੀ ਕਹਿੰਦੇ ਆ ਅੱਛਾ ਜੀ ਫਿਰ ਕਲਿਆਣ ਦੀ ਚੌਂਕੀ ਆਉਂਦੀ ਹੈ ਹੂੰ ਫਿਰ ਕਾਂਡੇ ਦੀ ਚੌਂਕੀ ਆਉਂਦੀ ਹੈ ਹੂੰ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ ਹੂੰ ਕਿ ਬਿਲਾਵਲ ਦੀ ਚੌਂਕੀ ਆ ਜਾਂਦੀ ਹੈ ਹਮ ਆਸਾ ਦੀ ਵਾਰ ਤੋਂ ਬਾਅਦ ਉਹਦੇ ਵਿੱਚ ਬਿਲਾਵਲ ਦੇ ਸ਼ਬਦ ਪੜੇ ਜਾਂਦੇ ਨੇ ਹਮ ਪਰ ਮੈਂ ਜਿੰਨੇ ਚਿਰ ਤੋਂ ਸੁਣ ਰਿਹਾ ਇੱਕੋ ਹੀ ਸ਼ਬਦ ਪੜਿਆ ਜਾਂਦਾ ਹਮ ਚਰਨ ਕਮਲ ਪ੍ਰਭ ਕੇ ਨਿਤ ਤੇ ਆਉ ਐਨੀ ਬਾਣੀ ਹੋਵੇ ਹਮ ਅਸੀਂ ਕਿਉਂ ਨਾ ਪੜੀਏ ਜਿਵੇਂ ਆਪਾਂ ਹੁਕਮ ਨਮਾ ਲੈਣ ਲੱਗੇ ਆ ਜੇ ਖੁਸ਼ੀ ਦਾ ਪ੍ਰੋਗਰਾਮ ਹੈ ਤੇ ਅਸੀਂ ਖੁਸ਼ੀ ਦਾ ਨਾ ਕਰਦੇ ਹਾਂ ਦੇਖ ਲੈ ਹੁਣ ਇੱਥੇ ਮਰਨ ਵਾਲਾ ਨਹੀਂ ਕੱਢਣਾ ਹੁਣ ਕੋਈ ਹਾਂ ਅੱਜ ਇਹਦੇ ਵਿੱਚ ਦੋਸ਼ ਕਰਦਿਆਂ ਦਾ ਵੀ ਆ ਉਹ ਕਹਿੰਦੇ ਵੀ ਕੀ ਪਰਤਾ ਜੀ ਜੇ ਸਾਡੇ ਤਾਂ ਖੁਸ਼ੀ ਸੀ ਤੁਸੀਂ ਤਾਂ ਮਰਗਾਲਾ ਪਰਤਾ ਮਰਗਾਲੇ ਵੇਲੇ ਖੁਸ਼ੀ ਨਹੀਂ ਮਹਾਰਾਜ ਦੀ ਬਾਣੀ ਤੇ ਇਸ ਤਰ੍ਹਾਂ ਥੋੜਾ ਇਹ 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 ਲਾਮਤਾਂ ਸੀ ਆਪ ਹੀ ਪਾਈਆਂ ਜੀ ਹਾਂ ਤੇ ਇਹਨਾਂ ਤੋਂ ਛੁਟਕਾਰਾ ਵੀ ਸਾਨੂੰ ਆਪ ਹੀ ਕਰਾਉਣਾ ਪੈਣਾ ਆਪ ਸੁਚੇਤ ਆ ਤੇ ਅੱਗੇ ਗਰੰਥੀ ਸਿੰਘ ਵੀ ਸੁਚੇਤ ਹੈ ਪਰ ਜੇ ਗੁਰਗੰਥੀ ਸਿੰਘ ਗੁਰੂ ਮਰੇ ਅੱਜ ਰਹਿ ਕੇ ਕਰ ਰਿਹਾ ਤਾਂ ਫਿਰ ਉਹ ਹੁਕਮਨਾਮਾ ਉਹੀ ਸੁਣਾਏਗਾ ਆਪ ਜੀ ਨੂੰ ਜਿਹੜਾ ਰਾਗਾਂ ਤੋਂ ਬਿਨਾ ਕੀਰਤਨਾ ਭਾਈ ਸਾਹਿਬ ਕਿਤੇ ਸਾਡੀ ਜਿਹੜੇ ਗੁਰੂ ਦੇ ਹਜ਼ੂਰ ਬੈਠ ਕੇ ਸੁਣਦੇ ਨੇ ਕਿਤੇ ਉਹਨਾਂ ਦਾ ਮਨ ਤਾਂ ਨਹੀਂ ਹੈ ਵੀ ਤੁਸੀਂ ਸਿੱਧਾ ਹੀ ਸੁਣਾਓ ਸਾਨੂੰ ਦੂਜਾ ਸਮਝ ਨਹੀਂ ਆਉਂਦਾ ਇਹ ਵੀ ਕਾਰਨ ਆ ਜਾਂ ਸਿੱਖਣੋਂ ਹੀ ਹਟ ਕੇ ਗੱਲ ਜੀ ਦੇਖੋ ਕੋਸ਼ ਸਿੱਖਣੋਂ ਹਟ ਗਏ ਇੱਕ ਹੁੰਦੇ ਨੇ ਹਜ਼ੂਰੀ ਕੀਰਤਨੀਏ ਤਾਂ ਉਹਨਾਂ ਨੂੰ ਪਤਾ ਹੈ ਕਿ ਭਾਈ ਸਾਹਿਬ ਅਸੀਂ ਇਹ ਕੰਮ ਕਰਨਾ ਹੈ ਇਹ ਸਾਡੀ ਡਿਊਟੀ ਹੈ ਇਹ ਮੇਰਾ ਫਰਜ਼ ਹੈ ਮੈਂ ਆਪਣੇ ਦੇਸ਼ ਦੀ ਰੱਖਿਆ ਲਈ ਸਿਪਾਹੀ ਹਾਂ ਮੈਂ ਗੋਲੀ ਆਵੇ ਤੇ ਮੈਨੂੰ ਖਾਣੀ ਪੈਣੀ ਹੈ ਹੂੰ ਮੇਰੀ ਡਿਊਟੀ ਹੈ ਇਹ ਮੇਰੀ ਡਿਊਟੀ ਹੈ ਮੈਂ ਭੱਜ ਨਹੀਂ ਸਕਦਾ ਗੋਲੀ ਆਊਗੀ ਤੇ ਜੇ ਮੈਂ ਬਚਾਉਂਗਾ ਤੇ ਬਚਾਅ ਹੋ ਜਾਊਗਾ ਲੇਕਿਨ ਜੇ ਖਾਣੀ ਪਈ ਤੇ ਮੈਂ ਖਾਊਂਗਾ ਹੂੰ ਜੇ ਮੈਂ ਗੁਰੂ ਦਾ ਕੀਰਤਨ ਕਰਨਾ ਹੈ ਤੇ ਮੈਨੂੰ ਇਹ ਮਰਿਆਦਾ ਫਾਲੋ ਕਰਨੀ ਪੈਣੀ ਹੈ ਇੱਕ ਆਇੰਦੇ ਨੇ ਨਿਸ਼ਕਾਮ ਕੀਰਤਨੀਏ ਇੱਚ ਕੋਈ ਗਰੇਜ਼ ਨਹੀਂ ਮੈਂ ਪਹਿਲਾਂ ਹੀ ਕਿਹਾ ਸੀਗਾ ਉਹਦਾ ਘਾਟ ਕੀ ਹੋਈ ਨਿਸ਼ਕਾਮ ਦੇ ਵਿੱਚ ਨਾ ਤਾਂ ਕਿਸੇ ਨੇ ਤੁਹਾਨੂੰ ਭੇਟਾ ਦੇਣੀ ਹੈ ਤੇ ਨਾ ਹੀ ਅਗਲਾ ਆਸ ਕਰਦਾ ਵੀ ਕੁਝ ਦਊਗਾ ਅਸੀਂ ਕੀਰਤਨ ਕਰਨਾ ਹੈ ਜੀ ਹੁਣ ਉਹ ਕੀਰਤਨ ਤਾਂ ਹੋ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਤਾਂ ਗੁਰੂ ਤੇ ਗੋਂ ਨਹੀਂ ਰਹੇ ਨੇ ਮਾੜਾ ਥੋੜੀ ਕਰ ਰਹੇ ਨੇ ਕੀਰਤੀ ਹੋ ਰਹੀ ਹੈ ਕੀਤੀ ਹੋ ਰਹੀ ਹੈ ਨਾ ਪਰ ਉਹਦੇ ਵਿੱਚ ਗੁਰੂ ਦੀ ਵਗਿਆ ਇਹ ਹੋ ਰਹੀ ਹੈ ਕਿ ਗੁਰਬਾਣੀ ਨੂੰ ਜਿੱਦਾਂ ਗਾਉਣ ਦਾ ਹੁਕਮ ਸੀ ਉਸ ਤਰ੍ਹਾਂ ਨਹੀਂ ਹੋ ਰਿਹਾ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣ ਤਿਆ ਇਹ ਗੁਰਬਾਣੀ ਦਾ ਹੁਕਮ ਹੈ ਗੁਰਬਾਣੀ ਕੀਰਤਨ ਨੂੰ ਉਪਦੇਸ਼ ਦਿੰਦੀ ਹੈ ਕਿਉਂਕਿ ਜਿਹੜਾ ਕੀਰਤਨ ਕਰਨਾ ਸੀ ਨਾ ਗਾਉਣਾ ਸੀ ਕਿ ਨੀਚ ਜਾਤੀ ਦਾ ਕੰਮ ਸੀ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਨਾ ਹੂੰ 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 ਹਾਂ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਂ ਦੇ ਤਿੰਨ ਮੰਗਾਂ ਜੇ ਤੁਝੇ ਤੇ ਆਇਂਦੇ ਜਿਹੜੇ ਤੈਨੂੰ ਤੇ ਆਂਦੇ ਮੈਂ ਤਾਂ ਉਹਨਾਂ ਨੂੰ ਮੰਗਦਾ ਗੁਰਨਾਨਕ ਸਾਹਿਬ ਆਪਣੇ ਨੂੰ ਟਾਡੀ ਕਹਿੰਦੇ ਨੇ ਮੈਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਬਿਲਕੁਲ ਠੀਕ ਕਿ ਨੀਚ ਜਾਤੀ ਦਾ ਕੰਮ ਮੰਨਿਆ ਜਾਂਦਾ ਸੀ ਅੱਜ ਤੋਂ ਪੁਰਾਣੇ ਸਮੇ ਤੁਸੀਂ ਪੜ੍ਹ ਕੇ ਦੇਖੋ ਕਿਸੇ ਸਿੰਗਰ ਦੀ ਜੀਵਨੀ ਕਿਸੇ ਨਹੀਂ ਜੀ ਮਾੜਾ ਮੰਦੇ ਸੀ ਉਹ ਕਹਿੰਦੇ ਸੀ ਨਹੀਂ ਨਹੀਂ ਸਾਡੇ ਕਿੱਥੇ ਜੀ ਇਹ ਗਾਉਣਾ ਲੈ ਹੁਣ ਗਾਉਣ ਦਾ ਕੰਮ ਕਰਦਾ ਮਰਾਸੀਆਂ ਵਾਲੇ ਕੰਮ ਕਰਨੇ ਇਹ ਇਦਾਂ ਕਿਹਾ ਜਾਂਦਾ ਸੀ ਕਿਹਾ ਜਾਂਦਾ ਸੀ ਬਿਲਕੁਲ ਕਿਹਾ ਜਾਂਦਾ ਸੀ ਹੂੰ ਸੋ ਇਸ ਗੱਮ ਨੂੰ ਗੁਰੂ ਸਾਹਿਬ ਨੇ ਕਹਿੰਦੇ ਨਹੀਂ ਭਾਈ ਇਦਾਂ ਨਹੀਂ ਐ ਗਾਓ ਇਹ ਚ ਕੀਰਤੀ ਕਰੋ ਕਿਉਂਕਿ ਗੁਰੂ ਸਾਹਿਬ ਕੀਰਤਨ ਕਰਨ ਨਹੀਂ ਆਏ ਸੀ ਹੂੰ ਉਹਨਾਂ ਨੇ ਗਾ ਕੇ ਸਾਰਿਆਂ ਨੂੰ ਸਮਝਾਇਆ ਸੱਜਣ ਠੱਗ ਨੂੰ ਸਮਝਾਇਆ ਉਹ ਸੱਜਣ ਬਣ ਗਿਆ ਹੂੰ ਅਸੀਂ ਉਦਾਂ ਤੇ ਉਦਾਂ ਹੀ ਰਹਿ ਗਏ ਹੂੰ ਉਜਲ ਕਹਾਂ ਚਿਲਕਣਾ ਘੋਟਮ ਕਾਲੜੀ ਮਸ ਤੋਤਿਆਂ ਜੂਠ ਨਾ ਉਤਰੇ ਜੇ 100 ਧੋਵਾਂ ਤਿਸ ਆਪਾਂ ਕਈ ਵਾਰ ਕਹਿ ਜਾਂਦੇ ਆ ਸੱਜਣ ਸੇਈ ਨਾਲ ਮੈਂ ਨਹੀਂ ਇੱਥੇ ਅਰਥ ਹੈ ਸੱਜਣ ਸੇਈ ਨਾਲ ਹੂੰ ਉਹੀ ਸੱਜਣ ਨਾਲ ਨੇ ਮੈਂ ਚੱਲਦਿਆਂ ਨਾਲ ਚੱਲਣ ਜਿਹੜੇ ਮੇਰੀ ਗਵਾਹੀ ਭਰਨਗੇ ਜਿਹੜੇ ਸੱਜਣ ਹੋਣਗੇ ਜਦੋਂ ਮੈਂ ਚੱਲੂਗਾ ਤੇ ਮੇਰੇ ਨਾਲ ਖੜੇ ਫਿਰ ਜਿੱਥੇ ਕਹਿੰਦੇ ਉੱਥੇ ਖੜੇ ਦਿਸਣ ਉੱਥੇ ਖੜੇ ਦਿਸਦੇ ਨੇ ਫਿਰ ਉਹ ਹਮ ਸੱਜਣ ਜਿਹੜੇ ਸੱਜਣ ਨੇ ਸੋ ਗੁਰੂ ਸਾਹਿਬ ਨੇ ਗਾ ਕੇ ਸਮਝਾਇਆ ਉਹਦੀ ਗੱਲ ਪੱਲੇ ਪੈ ਗਈ ਸੁਣ ਕੇ ਪੱਲੇ ਪੈ ਗਈ ਗਾਛੋ ਪੁੱਤਰੀ ਰਾਜਕੌਰ ਗਾ ਕੇ ਬੋਲਿਆ ਉਹ ਬੱਚਿਆਂ ਨੂੰ ਸਮਝ ਆ ਗਈ ਕਿ ਅਸੀਂ ਕਿਹੜੇ ਪਾਸੇ ਲੱਗੇ ਆ ਸਾਨੂੰ ਪੁੱਤਰੀਆਂ ਕਹ ਦਿੱਤਾ ਸੋ ਗੁਰਬਾਣੀ ਹੁਕਮ ਕੀ ਦਿੰਦੀ ਹੈ ਭਾਈ ਤੁਸੀਂ ਇਸ ਤਰੀਕੇ ਨਾਲ ਗਾਉਣਾ ਹੈ ਇਹ ਨਹੀਂ ਕਿ ਮੈਂ ਅੱਜ ਇੱਥੇ ਆ ਕੇ ਇਹ ਗੱਲ ਕਰ ਰਿਹਾ ਮੈਂ ਇਸ ਜੀ ਨੂੰ ਅਪਣਾਇਆ ਮੈਂ ਉੱਥੇ ਗਾਇਆ ਗਾ ਕੇ ਸੁਣਾਇਆ ਪਰ ਕਿਤੇ ਨਾ ਕਿਤੇ ਪ੍ਰਬੰਧਕ ਕਮੇਟੀਆਂ ਦਾ ਇਹ ਮੈਂ ਨਹੀਂ ਗੱਲ ਕਹਿੰਦਾ ਤੁਸੀਂ ਆਪਣੇ ਭਾਈ ਨਿਰਮਲ ਸਿੰਘ ਖਾਸਾ ਜਿਹੜੇ ਕਰੋਨਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਇੰਟਰਵਿਊ ਸੁਣਗੇ ਉਹਦੇ ਵਿੱਚ ਬੜਾ ਕੁਝ ਦੱਸਿਆ ਔਰ ਮੈਂ ਕਹੂੰਗਾ ਸ੍ਰੋਤਿਆਂ ਨੂੰ ਜਰੂਰ ਸੁਣੋ ਕਿੱਥੇ ਪ੍ਰਬੰਧਕ ਕਮੇਟੀਆਂ ਦੇ ਇਹ ਜਿਹੜੀ ਰੋਕ ਲਾਈ ਹੈ ਕਿ ਭਾਈ ਸਾਹਿਬ ਜੀ ਸਾਨੂੰ ਸਿੱਧਾ-ਸਿੱਧਾ ਕੀਰਤਨ ਚਾਹੀਦਾ ਹੁਣ ਭਾਈ ਸਾਹਿਬ ਕਹਿੰਦੇ ਠੀਕ ਹੈ ਜੀ ਤੁਸੀਂ ਆਪ ਦੇਖੋ ਨਾ ਆਪਣੇ ਇੱਥੇ ਜਦੋਂ ਕੀ ਗੱਲ ਸਾਡੇ ਕੀਰਤਨੀ ਇੱਥੇ ਲੋਕਲ ਦੇ ਵਿੱਚ ਕੀਰਤਨੀ ਨਹੀਂ ਹਨ ਹੂੰ ਬਹੁਤ ਨੇ ਪਰ ਜਦੋਂ ਕਦੀ ਕੋਈ ਵੀ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਵੱਡਾ ਅਸੀਂ ਕਹਿੰਦੇ ਅਸੀਂ ਵੱਡੇ ਕੀਰਤਨੀਏ ਮੰਗਾਉਣੇ ਵੱਡੇ ਬਿਲਕੁਲ ਕਹਿੰਦੇ ਉਹਨਾਂ ਨੂੰ ਅਸੀਂ ਟਿਕਟਾਂ ਵੀ ਦਵਾਂਗੇ ਉਹਨਾਂ ਨੂੰ ਅਸੀਂ ਭੇਟਾ ਵੀ ਦਵਾਂਗੇ ਔਰ ਜਿਹੜੇ ਇੱਥੇ ਗੁਰਦਾਰੇ ਦੀਆਂ ਡਿਊਟੀਆਂ ਕਰ ਰਹੇ ਨੇ ਉਹਨਾਂ ਜਿਨ੍ਹਾਂ ਦੇ ਅੱਗੋਂ 5 ਡਾਲਰ ਕੈਨੇਡਾ ਦੇ ਰੱਖ ਕੇ ਤੇ ਅਮਰੀਕਾ ਦੇ 5 ਡਾਲਰ ਚੁੱਕ ਲੰਘ ਰਹੇ ਉਹ ਵਿਚਾਰੇ ਤਾਂ ਮੰਗ ਵੀ ਨਹੀਂ ਸਕਦੇ ਅੱਛਾ ਇਹ ਕਿਉਂ ਮੰਚਾ ਜੀ ਵੀ ਵੱਡੇ ਕੀਰਤਨੀਏ ਛੋਟੇ ਕੀਰਤਨੀਏ ਇੱਕ ਹੀ ਗੱਲ ਚੱਲੀ ਹੈ ਗੋਲਕ ਤੇ ਗੱਲ ਹੈ ਜੀ ਸਾਰੀ ਹੋਰ ਕੁਝ ਨਹੀਂ ਹੈ ਸੱਚ ਤਾਂ ਗੋਲਕ ਹੈ ਗੋਲਕ ਭਰ ਦੀ ਸੇਵਾ ਬੇਟਾ ਵੱਧ ਲੈਣ ਵਾਲਾ ਵਧੀਆ ਕੀਰਤਨੀ ਆ ਦੇਖੋ ਉਹਨੇ ਮਿਹਨਤ ਕੀਤੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਐ ਬੜੇ ਬੜੇ ਕੀਰਤਨੀਏ ਨੇ ਪਰ ਇਥੋਂ ਸਾਡੇ ਦੂਸਰੇ ਕੀਰਤਨੀਆਂ ਨੂੰ ਸਿੱਖਣਾ ਚਾਹੀਦਾ ਕਿ ਜੇ ਉਹ ਵੱਡੇ ਉਹਨਾਂ ਨੂੰ ਵੱਡੇ ਕਹਿੰਦੇ ਨੇ ਤੇ ਤੁਸੀਂ ਵੀ ਬਣ ਕੇ ਦਿਖਾਓ ਉਹਦਾਂ ਦਾ ਤੁਸੀਂ ਕਿਉਂ ਆਪਣੇ ਆਪ ਨੂੰ ਛੋਟੇ ਸਮਝਦੇ ਹੋ ਤੁਸੀਂ ਇਸ ਲਾਇਕ ਹੋਵੋ ਹਾਂ ਠੀਕ ਐ ਮੈਂ ਨਾ ਅੱਜ ਤੱਕ ਕਦੀ ਵੀ ਨਾ ਫੇਸਬੁੱਕ ਤੇ ਪੋਸਟ ਨਹੀਂ ਪਾਈ ਕਿ ਆ ਦੇਖੋ ਜੀ ਆ ਸਾਨੂੰ ਕੋਈ ਕੱਲ ਨੂੰ ਪਾਟਾ ਨੋਟ ਚੜਾ ਗਿਆ ਹੂੰ ਹੂੰ ਇਹ ਲਾਈਨ ਮੈਂ ਖੁਦ ਚੁਣੀ ਐ। ਔਰ ਜਿੱਦਣ ਮੈਂ ਆਇਆ ਸੀ ਮੈਂ ਕੀ ਸੋਚ ਕੇ ਆਇਆ ਸੀ ਕਿ ਮੈਨੂੰ ਐਜ਼ ਅ ਬਿਜ਼ਨਸ ਦੇ ਤੌਰ ਤੇ ਯੂਜ਼ ਕਰਨਾ ਮੈਂ ਘਰ ਦੀ ਉਪਜੀਵਕਾ ਦੇ ਕਰਨਾ ਕਿ ਮੈਂ ਗੁਰੂ ਕੀ ਕੀਰਤੀ ਕਰਨ ਹੁਣ ਗੁਰੂ ਕੀ ਕੀਰਤੀ ਕਰਨ ਵਾਲੇ ਜੋਤ ਸਿੰਘ ਵਰਗੇ ਇਹਨਾਂ ਨੂੰ ਪੈਸਿਆਂ ਨਾਲ ਕੋਈ ਲੈਣਾ ਦੇਣਾ ਨਹੀਂ। ਨਾ ਬਿਲਕੁਲ ਨਹੀਂ। ਕਈ ਵਾਰ ਇਹ ਆਪਣੇ ਉਸਤਾਦਾਂ ਦੇ ਨਾਲ ਜਾਂਦੇ ਨੇ ਸਾਈਡ ਦੇ ਉੱਤੇ ਉਹ ਭੇਟਾ ਇਹਨਾਂ ਨੂੰ ਦਿੰਦੇ ਨੇ ਭਾਈ ਸਾਹਿਬ ਕਹਿੰਦੇ ਨਹੀਂ। ਨਾ ਅਸੀਂ ਲੈਣੀ ਅਸੀਂ ਨਹੀਂ ਲੈਣੀ ਮੇਰਾ ਵੀ ਇਹ ਹਿਸਾਬ ਹੁੰਦਾ ਸੀ। ਹੂੰ ਮੈਂ ਛੋਟੇ ਹੁੰਦਿਆ ਕੀਰਤਨ ਕਰਨਾ ਮੈਂ ਨਹੀਂ ਲੈਣੀ। ਜਿੱਦਾਂ ਜਿੱਦਾਂ ਕੰਨੋ ਫੜ ਕੇ ਗੁਰੂ ਸਾਹਿਬ ਨੇ ਲਾਇਆ ਜੌਬ ਵਾਲੇ ਪਾਸੇ ਸ਼ੋਣੀ ਕਮੇਟੀ ਜੌਬ ਲੱਗੀ ਹੈ ਫਿਰ ਕਿ ਨਹੀਂ ਇਹ ਤੇਰੀ ਤਨਖਾਹ ਆ ਫਿਰ ਮੈਂ ਇਹ ਹੋਇਆ ਵੀ ਜੇ ਮੈਂ ਤਨਖਾਹ ਲੈਣੀ ਹੈ ਨਾ ਤੇ ਮੈਂ ਕੰਮ ਵੀ ਕਰਨਾ ਉਹਦਾ ਬਿਲਕੁਲ ਠੀਕ ਆ ਸੋ ਮੈਂ ਆਪਣੀ ਗੱਲ ਪੁਰਾਣੀ ਪਿੱਛੇ ਲੈ ਕੇ ਜਾਵਾਂ ਕਿ ਇਦਾਂ ਕਰਕੇ ਚੌਂਕੀਆਂ ਹੁੰਦੀਆਂ ਨੇ ਬਲਾਵਲ ਦੀ ਚੌਂਕੀ ਆ ਫਿਰ ਚਰਨ ਕਮਲ ਦੀ ਚੌਂਕੀ ਆ ਹੂੰ ਉਸ ਤੋਂ ਬਾਅਦ ਚਰਨ ਕਮਲ ਦੀ ਚੌਂਕੀ ਦੀ ਸ਼ੁਰੂਆਤ ਵੀ ਹੁੰਦੀ ਚਰਨ ਕਮਲ ਚੌਂਕੀ ਦੀ ਜਿਹੜੀ ਆ ਸਮਾਪਤੀ ਵੀ ਹੁੰਦੀ ਉਹ ਚ ਅਰਦਾਸ ਕੀਤੀ ਜਾਂਦੀ ਆ 11 ਅਰਦਾਸਾਂ ਹੁੰਦੀਆਂ ਨੇ ਸਾਰਾ ਦਿਨ ਚ ਸਾਰਾ ਦਿਨ ਦੇ ਵਿੱਚ ਕੁਝ ਮਾਇਕ ਦੇ ਵਿੱਚ ਹੁੰਦੀਆਂ ਤੇ ਕੁਝ ਗੁਪਤ ਹੁੰਦੀਆਂ ਨੇ ਉੱਚ ਸੰਗਤ ਬੈਠੀ ਵੀ ਰਹਿੰਦੀ ਐ ਕਈ ਵਾਰ ਕੜਾਹ ਪ੍ਰਸ਼ਾਦ ਆਉਂਦਾ ਜਦੋਂ ਉਦੋਂ ਵੀ ਹੁੰਦੀ ਐ ਦੁਪਹਿਰ ਦੇ ਵੇਲੇ ਜਿਹੜੀ ਚਰਨ ਕਮਲ ਦੇ ਚੌਂਕੀ ਉੱਚ ਵੀ ਕੀਰਤਨ ਆਖਰੀ ਕਿੰਨੇ ਵਜੇ ਤੱਕ ਹੁੰਦਾ ਜੀ ਆਖਰੀ ਕੀਰਤਨ ਜਿਹੜਾ ਐ ਜੀ ਉਹ ਸਮਾਪਤੀ ਸਮੇਂ ਦੇ ਅਕੋਰਡਿੰਗ ਕਈ ਵਾਰ ਉਹ 9:30 ਵਜੇ ਤੱਕ ਵੀ ਚੱਲਦਾ ਹੈ ਕਈ ਵਾਰ ਗਰਮੀਆਂ 'ਚ 10 ਵਜੇ ਤੱਕ ਵੀ ਚੱਲਦਾ ਹੈ ਤੁਸੀਂ ਇੱਕ ਨੋਟ ਕਰ ਸ਼ਾਇਦ ਕੀਤੀ ਹੋਵੇ ਗੱਲ ਦਰਬਾਰ ਸਾਹਿਬ ਤੋਂ ਕਾਫੀ ਕੁਝ ਜਿਹੜਾ ਨਾ ਉਹ ਅਲੋਪ ਹੋ ਗਿਆ। ਹੂੰ। ਇੱਕ ਪੜਦੇ ਹੁੰਦੇ ਸੀ ਅੰਗ ਸੰਗ ਵਾਹਿਗੁਰੂ 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 ਇਹ ਜਦੋਂ ਆਸਾ ਦੀ ਵਾਰ ਤੋਂ ਬਾਅਦ ਤੇ ਤੇ ਬਿਲਾਵਲ ਦੀ ਚੌਂਕੀ ਸ਼ੁਰੂ ਹੋਣ ਤੋਂ ਪਹਿਲਾਂ ਉਹ ਸੁੱਕੀ ਸੇਵਾ ਕਰਦੇ ਹੁੰਦੇ ਸੀਗੇ। ਲੋਕਲ ਜਿਹੜੇ ਪੁਰਾਣੇ ਲੋਕ ਸੀਗੇ। ਉਹ ਬੰਦ ਹੋ ਗਈ। ਫਿਰ ਉਸ ਤੋਂ ਬਾਅਦ ਜਿਹੜੀ ਆਰਤੀ ਕਰਦੇ ਹੁੰਦੇ ਸੀ ਉਹ ਕਾਫੀ ਚਿਰ ਤੋਂ ਨਾ ਇੱਕ ਪਰਿਵਾਰ ਸੀਗਾ। ਉਹਨੂੰ ਕਹਿੰਦੇ ਸੀਗੇ ਜੀ ਪਿੱਛੋਂ ਚੱਲਦੀ ਆਸੀ ਭਾਈ ਪ੍ਰੇਮ ਸਿੰਘ ਜੀ ਕਿਤਾਬਾਂ ਵਾਲੇ। ਤੇ ਉਹ ਤੇ ਉਹਨਾਂ ਦੀ ਸੰਗਤ ਰਲ ਕੇ ਉਹ ਪਿੱਛੇ ਅੱਜ ਵੀ ਇਹਨਾਂ ਦੇ ਉਹ ਬੇਟੇ ਬੈਠੇ ਹੁੰਦੇ ਨੇ ਪਿੱਛੇ ਆਰਤੀ ਦੇ ਵਿੱਚ ਪਹਿਲਾਂ ਆਰਤੀ ਉਹ ਕਰਦੇ ਹੁੰਦੇ ਸੀ ਰਾਗੀ ਸਿੰਘ ਨਹੀਂ ਸੀ ਕਰਦੇ ਹੁੰਦੇ ਰਾਗੀ ਸਿੰਘ ਸਿਰਫ ਸਾਜ਼ ਵਜਾਉਂਦੇ ਸੀ ਨਾਲ ਥੋੜਾ ਥੋੜਾ ਗਾਉਂਦੇ ਸੀ ਹੌਲੀ ਹੌਲੀ ਜਦੋਂ ਕੈਮਰਾ ਆਇਆ ਹੌਲੀ ਹੌਲੀ ਉਹ ਚੀਜ਼ਾਂ ਵੀ ਬੰਦ ਕਰਾ ਦਿੱਤੀਆਂ ਇਹ ਕੁਝ ਚੀਜ਼ਾਂ ਸਾਡੀਆਂ ਮਰਿਆਦਾ ਸੀਗੀਆਂ ਤੇ ਜਿਹੜੀ ਸ਼ਾਮ ਦੀ ਚੌਂਕੀ ਵਿੱਚ ਮੈਕ ਨਾ ਦਿਖਿਆ ਉਥੇ ਬੋਰਡ ਲੱਗਾ ਦਰਬਾਰ ਸਾਹਿਬ ਉਹਦੇ ਵਿੱਚ ਇੱਕ ਚੀਜ਼ ਉਹਨਾਂ ਨੇ ਕਾਂਢੀ ਦੀ ਜਿਹੜੀ ਚੌਂਕੀ ਹੈ ਜਿਹੜੀ ਰਾਤ ਦੀ ਸਮਾਪਤੀ ਦੀ ਚੌਂਕੀ ਹੈ ਹਰੇਕ ਵਾਰਾਂ ਦੇ ਪਿੱਛੇ ਪੌੜੀਆਂ ਨੇ ਹੁਣ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਇਹ ਬਲਾਵਲ ਦੇ ਵਿੱਚ ਅਗਰ ਪੜੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੀਆਂ ਚੌਂਕੀਆਂ ਦੇ ਵਿੱਚ ਵੀ ਇਹੀ ਪੜੀ ਜਾਂਦੀ ਹੈ ਜਦਕਿ ਉੱਥੇ ਹੋਰ ਪੌੜੀਆਂ ਪੜੀਆਂ ਜਾ ਸਕਦੀਆਂ ਨੇ ਕਈ ਪੜਦੇ ਵੀ ਨੇ ਪਰ ਜਿਹੜੀ ਕਾਣੜੇ ਦੀ ਚੌਂਕੀ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਪ੍ਰਾਤਨ ਦੇ ਸਮੇਂ ਦੇ ਵਿੱਚ ਚੌਂਕੀ ਪੜ ਪੌੜੀ ਲਾ ਕੇ ਸਮਾਪਤੀ ਕੀਤੀ ਜਾਂਦੀ ਸੀ ਪੌੜੀ ਹੁੰਦੀ ਸੀ ਕੰਨੜਾ ਮਹੱਲਾ ਪੰਜਵਾਂ ਤੂੰ ਆਪੇ ਹਿੱਸੇ ਦਾ ਸਾਧ ਕੋ ਤੂੰ ਆਪੇ ਹੀ ਜੁਗਜੋਗੀ ਆ ਤੂੰ ਆਪੇ ਹੀ ਰਸ ਰਸੀੜ ਤੂੰ ਆਪੇ ਹੀ ਭੋਗ ਭੋਗਿਆ ਇਹ ਵਾਲੀ ਪੌੜੀ ਪੜ ਕੇ ਸਮਾਪਤੀ ਕਰਦੇ ਸਿਰਾਗੀ ਸਿੰਘ ਪਰ ਅੱਜ ਕੱਲ੍ਹ ਸੰਤ ਜਨਾਮਿਲ ਹਰਜਸ ਗਾਇਓ ਵਾਲੀ ਪਿਰਤ ਪੈ ਗਈ ਹੈ ਇਹ ਪਿਰਤ ਕਿਉਂਕਿ ਉਹ ਪੌੜੀ ਨਹੀਂ ਉਹ ਸ਼ਬਦ ਹੈ ਸੰਤ ਜਨਾਮਿਲ ਹਰਜਸ ਗਾਇਓ ਬੈਰਾੜੀ ਰਾਗ ਦਾ ਸ਼ਬਦ ਹੈ ਉਹ ਬੋਰਡ ਦੇ ਉੱਤੇ ਪੱਕਾ ਹੀ ਲਿਖ ਦਿੱਤਾ ਹੋਇਆ ਹੈ ਇਦਾਂ ਹੀ ਸਾਡੀਆਂ ਮਰਿਆਦਾਵਾਂ ਬਦਲ ਜਾਂਦੀਆਂ ਨੇ ਜਦੋਂ ਅਸੀਂ ਪੱਕਾ ਕਰਕੇ ਲਿਖ ਦਿੰਨੇ ਆ ਨੋਟਿਸ ਕਰਨ ਵਾਲਾ ਕੋਈ ਨਹੀਂ ਹੈ ਕੋਈ ਨੋਟਿਸ ਕਰਨ ਵਾਲਾ ਨਹੀਂ ਹੁਣ ਅੱਜ ਦਰਬਾਰ ਸਾਹਿਬ ਦੇ ਅੰਦਰ ਸਰ ਹੂੰ ਉਹਦਾ ਕਾਰਨ ਸੀ ਕੋਈ ਕਿਸੇ ਨੇ ਇਹ ਅੰਦਾਜ਼ਾ ਲਾਇਆ ਕਿ ਜੀ ਉਹ ਕੋਠੇ ਦੇ ਵਜਦੀ ਸੀ ਤਾਂ ਕਰਕੇ ਸ਼ਾਇਦ ਗੁਰੂ ਸਾਹਿਬ ਨੇ ਬੈਨ ਕੀਤੀ ਗੁਰੂ ਸਾਹਿਬ ਦੀ ਸੋਚ ਇੰਦਾ ਨਹੀਂ ਸੀਗੀ ਸਰੰਗੀ বাজਦੀ ਆ ਅਕਾਲ ਤਖਤ ਸਾਹਿਬ ਤੇ ਸਾਹਮਣੇ ਉੱਥੇ বাজਦੀ ਹੈ ਨਾ ਮੈਂ ਕਾਰਨ ਦੱਸਣਾ ਵੀ ਦਰਬਾਰ ਸਾਹਿਬ ਕਿਉਂ ਨਹੀਂ বাজਦੀ ਕਿਉਂ ਨਹੀਂ বাজਦੀ ਕੋਠੇ ਦੇ ਵਿੱਚ ਤਬਲਾ ਵੀ ਵੱਜਦਾ ਸੀ ਨਹੀਂ ਪੁਰਾਣੇ ਸਮੇਂ ਤੇ ਜੋ ਅਸੀਂ ਸਰੰਗੀ ਦਾ ਸਰੂਪ ਦੇਖਦੇ ਆ ਉਹ ਟੋਟੇ ਹੁੰਦਾ ਸੀ ਟੋਟੇ ਹੂੰ ਇਦੂ ਸ਼ਰੀਫ ਦੇ ਕੋਲ ਟੋਟਾ ਹੀ ਹੁੰਦਾ ਆ ਟੋਟਾ ਬਿਲਕੁਲ ਟੋਟਾ ਸਾਡੇ ਕਈ ਢਾਡੀ ਸਿੰਘ ਟੋਟੇ ਦੇ ਗਾਉਂਦੇ ਸੀ ਟੋਟੇ ਹੁਣ ਵੀ ਟੋਟੇ ਕਈ ਲੈ ਆਉਂਦਾ ਵੱਡੇ ਸਾਹਮ ਨਹੀਂ ਹੁੰਦੀ ਆ ਹਾਂ ਹਾਂ ਵੱਡੀ ਸਾਹਮ ਨਹੀਂ ਹੁੰਦੀ ਸਾਹਮ ਨਹੀਂ ਹੁੰਦੀ ਉਹਦੀ ਆਵਾਜ਼ ਬਹੁਤ ਉਤਲੇ ਸੁਰ ਦੀ ਹੁੰਦੀ ਆ ਠਿੱਕ ਦੇ ਜ਼ੋਰ ਨਾਲ ਗਾਣੀ ਪੈਂਦੀ ਆ ਕੀਰਤਨ ਠਰਮੇ ਵਾਲਾ ਤੇ ਗੁਰੂ ਸਾਹਿਬ ਨੇ ਸਰੰਦਾ ਸਾਜ਼ ਬਣਾਇਆ ਹੂੰ ਉਹਦਾ ਬਹੁਤ ਵੱਡਾ ਢਿੱਡ ਵੱਡਾ ਬਿਲਕੁਲ ਹਾਂ ਪਰ ਉਹ ਵੀ ਹੁਣ ਸ਼ੇਪ ਚੇਂਜ ਹੋ ਗਈ ਹੋਈ ਹੈ ਕੋਈ ਧਿਆਨ ਨਹੀਂ ਕਰਦਾ ਉਹਦੀ ਵੱਲ ਵੀ ਉਹ ਵੀ ਹੁਣ ਹਾਲੀਵੁੱਡ ਸਰੰਗੀ ਵਰਗੀ ਹੀ ਹੋ ਗਈ ਆ ਪਰ ਚਲੋ ਖੈਰ ਬਾਜ਼ਾਰੇ ਨੇ ਬਹੁਤ ਸੋਹਣਾ ਕਰ ਰਹੇ ਨੇ ਯੰਗ ਜਨਰੇਸ਼ਨ ਬਹੁਤ ਸੋਹਣਾ ਕੰਮ ਕਰ ਰਹੀ ਆ ਬਾਹਰਲੇ ਦੇਸ਼ਾਂ ਅਮਰੀਕਾ ਦੇ ਵਿੱਚ ਕੈਨੇਡਾ ਦੇ ਸਾਡੇ ਇੱਥੇ ਗੁਰਦੁਆਰਾ ਪੈਨੇਜਰ ਜੀ ਦੀ ਯਾਦ ਚ ਅਰੇ ਸੇ ਉੱਥੇ ਗੁਰਦਰਾ ਸਾਹਿਬ ਗੁਰਨਾਨਕ ਦਰਬਾਰ ਚ ਬੱਚੇ ਆਸਾ ਦੀ ਵਾਰ ਦੀ ਹਾਜ਼ਰੀ ਭਰਦੇ ਨੇ ਮੇਰੀ ਅੱਖਾਂ ਚੋਂ ਅਥਰੂ ਆ ਗਏ ਮੈਂ ਕਿਹਾ ਅਸੀਂ ਇੰਨੀ ਉਮਰ ਲਾ ਕੇ ਦੇਖੋ ਇਹ ਚੀਜ਼ ਸਿੱਖੀ ਜੇ ਕੋਈ ਸਿਖਾਉਣ ਵਾਲਾ ਹੁੰਦਾ ਤਾਂ ਸਾਡੇ ਉਸਤਾਦ ਜੀ ਨੇ 20 ਸਾਲ ਲਗਾਤਾਰ ਆਨੰਦਪੁਰ ਸਾਹਿਬ ਲੁਧਿਆਣੇ ਤੋਂ ਟਰੈਵਲ ਕੀਤਾ ਵਾਹ ਕੁਝ ਸਰ ਕਰਤਾਰ ਸਿੰਘ ਜੁਣਾ ਨੇ ਉਹਨਾਂ ਨੇ ਸਿਖਾਇਆ ਨਾਲ ਗਾਇਆ ਵੀ ਨਾਲ ਤਖਤਾਂ ਤੇ ਹਾਜ਼ਰੀ ਹਰ ਬੁੱਧਵਾਰ ਭਰਦੇ ਹੁੰਦੇ ਸੀਗੇ ਬਸੰਤ ਕੀਰਤਨ ਰਾਗ ਦੇ ਵਿੱਚ ਕੀਰਤਨ ਦਰਬਾਰ ਦੀ ਸ਼ੁਰੂਆਤ ਕੇਸਗੜ੍ਹ ਸਾਹਿਬ ਉਹਨਾਂ ਨੇ ਕਰਵਾਈ 99 ਦੇ ਵਿੱਚ ਫਿਰ ਦਸਮ ਬਾਣੀ ਦਾ ਕੀਰਤਨ ਗੁਰੂ ਸਾਹਿਬ ਜੀ ਦੇ ਰਾਗਾਂ 'ਚ ਗੁਰਗੋਬਿੰਦ ਸਿੰਘ ਮਾਰੇ ਦੇ ਰਾਗਾਂ ਦੇ ਵਿੱਚ ਉਹ ਜਿਹੜਾ ਸੀ ਉਹ ਉਹਨਾਂ ਨੇ ਵਿਸਾਖੀ ਦੇ ਦਿੱਤੇ ਕਰਵਾਇਆ ਉਹ ਅੱਜ ਵੀ ਹੁਣ ਹੌਲੀ ਹੌਲੀ ਪੇੜ ਤੋਂ ਪੈਂਦੀ ਹੈ ਪਰ ਹੌਲੀ ਹੌਲੀ ਲੋਕ ਛੱਡੀ ਵੀ ਜਾਂਦੇ ਨੇ ਕਈ ਕਰ ਲੈਂਦੇ ਨੇ ਇਹ ਚੇਟਕ ਹੈ ਜੀ ਇਹ ਇੱਕ ਸਮਰਪਣ ਹੈ ਗੁਰੂ ਅੱਗੇ ਪਰ ਸੁਣਨਾ ਚਾਹੀਦਾ ਜਿਹੜਾ ਜਿਹੜਾ ਕਲਾਸੀਕਲ ਜਿਹੜਾ ਪੱਕੇ ਰਾਗਾਂ ਦਾ ਕੀਰਤਨ ਆ ਉਹਦਾ ਆਨੰਦ ਨਹੀਂ ਆਪਣੇ ਕੋਲ 4 ਮਿੰਟ ਰਹਿ ਗਏ ਅਖੀਰ ਦੇ ਵਿੱਚ ਕਿਉਂਕਿ ਜੇ ਬਿਨਾਂ ਸੁਣਾਏ ਜਾਵੋਗੇ ਫਿਰ ਮੈਨੂੰ ਬਾਅਦ ਬਾਅਦ ਪੁੱਛਦੇ ਨੇ ਜੋਤ ਸਿੰਘ ਨੂੰ ਵੀ ਜੋਸ਼ ਸਿੰਘ ਘੱਟ ਬੋਲਦਾ ਜੋ ਬਲਾਉ ਜੀ ਅੱਜ ਥੋੜਾ ਜੋਸ਼ ਸਿੰਘ ਬਲਾਉ ਜੋਸ਼ ਸਿੰਘ ਮਾਈਕ ਨੇੜੇ ਕਰੋ ਮੈਂ ਫਿਰ ਆਪਾਂ ਗੱਲਬਾਤ ਕਰੀਏ ਅੱਛਾ ਪੁੱਤਰ ਇੱਕ ਕਦ ਤੋਂ ਮਨ ਹੋਇਆ ਸਿੱਖਣ ਦਾ ਕਿੰਨੀ ਉਮਰ ਤੋਂ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਮੇਰੀ ਸ਼ੁਰੂਆਤ ਹੋਈ ਸੀ 2011 ਦੇ ਵਿੱਚ ਅੱਛਾ ਸਾਡੇ ਘਰੇ ਨੇੜੇ ਸੁਖਸਾਗਰ ਗੁਰਦੁਆਰਾ ਉੱਥੇ ਮੈਂ ਪਹਿਲਾਂ ਉੱਥੇ ਤਬਲਾ ਸਿੱਖਣਾ ਸ਼ੁਰੂ ਕੀਤਾ ਸੀ ਭਾਈ ਮਨਜੀਤ ਸਿੰਘ ਹਣਾ ਤੋਂ ਹੂੰ ਫਿਰ ਮੈਂ 2018 ਦਾ ਵਿੱਚ ਮੇਰੀ ਸ਼ੁਰੂਆਤ ਤਾਂਤੀ ਸਾਜਨ ਦਲਰੀ ਬਾਦੇ ਹੋਈ ਸੀ ਉਸਤਾਦ ਦਵਿੰਦਰ ਸਿੰਘ ਨਾਮਤਾਰੀ ਕੋਲ ਬਿਲਕੁਲ ਜੀ ਬਹੁਤ ਵਧੀਆ ਵਜਾਉਂਦੇ ਨੇ ਪਹਿਲਾਂ ਇੰਨਾ ਮੇਰਾ ਇੰਟਰਸਟ ਤਾਂ ਹੈਗਾ ਨਹੀਂ ਸੀ ਹਮ ਅਜੀਦਾ ਕਰਦਾ ਸੀ ਵਜਾਉਣ ਨੂੰ ਪਰ ਜਿੰਨਾ ਪ੍ਰੈਕਟਿਸ ਦਾ ਕਹਿ ਲਓ ਉਹ ਇੰਨਾ ਝੌਂਕ ਨਹੀਂ ਸੀ ਹਮ ਫਿਰ 2020 ਦੇ ਵਿੱਚ ਉਦੋਂ ਮੇਰੀ ਮੇਰੇ ਮਨ ਚ ਪਿਆ ਕਿ ਮੈਂ ਇਸ ਚੀਜ਼ ਨੂੰ ਪੂਰਾ ਸਿੱਖਣਾ ਚਾਹੁੰਦਾ ਹਾਂ ਹਮ ਫਿਰ ਉਦੋਂ ਤੋਂ ਮੈਂ ਹਰੇਕ ਰਾਤ ਕੀਰਤਨ ਮੈਂ ਸੁਣਨਾ ਪਿਆ ਸੀ ਤੇ ਉਦੋਂ ਮੈਂ ਸੁਣਿਆ ਸੀ ਅ ਰਾਗੀ ਬਲਵੰਤ ਸਿੰਘ ਜੀ ਉਹਨਾਂ ਦਾ ਉਹਨਾਂ ਨੇ ਗਾਇਆ ਨਾ ਪੀ ਜਾ ਰਾਗੀ ਨਾ ਦੀ ਬੇ ਤੇ ਉਹ ਮੈਨੂੰ ਬਹੁਤ ਵਧੀਆ ਲੱਗਾ ਸੀ ਫਿਰ ਉਦੋਂ ਤੋਂ ਮੈਂ ਚਾਹੁੰਦਾ ਸੀ ਕਿ ਮੇਰੀ ਜਿਹੜੀ ਸਕਿਲਸ ਹੋਵੇ ਉਹ ਮੈਂ ਫਰਦਰ ਵਧਾऊं ਹੂੰ ਸੋ ਫਿਰ ਮੈਂ ਆਪਣੀ ਫੇਰ ਤਬਲੇ ਦੀ ਆਮ ਸ਼ੁਰੂਆਤ ਕੀਤੀ ਸੀ ਉਸਤਾਦ ਸੁਖਵਿੰਦਰ ਸਿੰਘ ਜੀ ਪਿੰਕੀ ਜੀਤਾ ਹੂੰ ਫਿਰ ਉਹ ਉਹਨਾਂ ਤੋਂ ਹਜੇ ਵੀ ਹੁਣ ਸਕਦਾ ਆ ਤਬਲੇ ਦੇ ਐਡੀਸ਼ਨ ਦੇ ਵਿੱਚ ਉਹ ਵੀ ਬਹੁਤ ਵਧੀਆ ਗੱਲਾਂ ਦੱਸਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਰੈਸਟ੍ਰਿਕਸ਼ਨਸ ਥੋੜੇ ਜੇ ਲਿਫਟ ਹੋ ਗਈ ਸੀ ਮੈਂ ਉਸਤਾਦ ਬਲਜਿੰਦਰ ਸਿੰਘ ਜੀ ਉਹ ਬਾਂਬੇ ਵਾਲੇ ਉਹਨਾਂ ਤੋਂ ਸਿੱਖਣ ਲੱਗ ਪਿਆ ਇੱਥੇ ਗੁਰਨਾਈਸ ਗੁਰਦੁਆਰੇ ਹੂੰ ਤੇ ਹਲੇ ਤੱਕ ਮੈਂ ਸਰ ਤਨ ਉਸਦਾ ਦਾ ਤੋਂ ਸਿੱਖਦਾ ਆਇਆ ਸਿੱਖਦਾ ਤੇ ਹੁਣ ਜਦ ਜਿਆਦਾ ਦਿਲਰੋਬਾ ਵਿਜਾਉਨੇ ਜਾਂ ਫਿਰ ਅਸਰਾਜ ਇਸ ਨੂੰ ਵਿਜਾਉਨੇ ਦਿਲਰੋਬਾ ਵੀ ਜਾਲ ਲਾਣੇ ਕਦੇ ਕਦੇ ਦਿਲਰੋਬਾ ਵੀ ਜਾਲ ਲਾਉਣਾ ਆ ਉਦਾਂ ਮੇਰਾ ਫੋਕਸ ਮੇਨਲੀ ਤਾਨ ਸ਼ਨਾਈ ਤੇ ਆ ਤਾਨ ਸ਼ਤਾਰਸ਼ ਹਾਂਜੀ ਅੱਛਾ ਭਾਈ ਸਾਹਿਬ ਆਪਣੇ ਕੋਲ ਦੋ ਦੋ ਤਿੰਨ ਮਿੰਟ ਨੇ ਕੁਛ ਨਾ ਕੁਛ ਕੋਈ ਬਸੰਤ ਚੱਲ ਰਿਹਾ ਜੀ ਆਪਾਂ ਬਸੰਤ ਹੀ ਛੇੜਦੇ ਹਾਂ ਜੀ ਪੰਚਮ ਪਾਸ਼ਾ ਦੀ ਰਚਨਾ ਹੈ ਇਹ ਕਿ ਗੁਰ ਸੇਵੋਂ ਕਰ ਨਮਸਕਾਰ ਮੈਂ ਗੁਰੂ ਨੂੰ ਸੇਵਦਾ ਨਮਸਕਾਰ ਕਰਕੇ ਅੱਜ ਹਮਾਰੇ ਮੰਗਲਚਾਰ ਹਮ ਅੱਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਕਿਉਂ ਜਦੋਂ ਗੁਰਬਾਣੀ ਵਿੱਚ ਕਿਉਂ ਲਾ ਕੇ ਪੜ੍ਹੀਏ ਨਾ ਹਮ ਸਤਿਗੁਰੂ ਜਵਾਬ ਦਿੰਦੇ ਅੱਗੇ ਹਮ ਕਹਿੰਦੇ ਅੱਜ ਹਮਾਰੇ ਗਰੇ ਬਸੰਤ ਮੇਰੇ ਘਰ 'ਚ ਅੱਜ ਬਸੰਤ ਲੱਗੀ ਆ ਸਟੂਡੀਓ ਅੰਦਰ ਖਿੜਿਆ ਪਿਆ ਮੌਲਦਾ ਹੈ ਨਾ ਹਮ ਖਿੜਦਾ ਸਭ ਕੁਝ ਹਮ ਗੁਣ ਗਾਏ ਪ੍ਰਭ ਤੁਮ ਬੇਅੰਤ ਹਮ ਜਦੋਂ ਅਸੀਂ ਗੁਣ ਗਾਏ ਨਾ ਪਰਮਾਤਮਾ ਦੇ ਉਦੋਂ ਬਸੰਤ ਬਣੀ ਹੈ ਨਹੀਂ ਤਾਂ ਉਦਾਂ ਬਸੰਤ ਦਾਗਾ ਦਾ ਕੋਈ ਲੈਣਾ ਦੇਣਾ ਬਿਲਕੁਲ ਠੀਕ ਹੈ ਗੁਰੂ ਦੀ ਕਿਰਪਾ ਨਾਲ ਹੋਏ ਸੋ ਪਲੋ ਪਲੋ ਰੇ ਕੀਰਤਨੀਆਂ RAM RAMA RAMA ਗੁਣ ਗਾਓ RAM ਦੇ ਵਿੱਚ ਰਮ ਕੇ RAM ਦਾ ਗੁਣ ਗਾਓ ਅਕਾਲ ਦਾ ਗੁਣ ਗਾਓ ਪਰ ਨਾਲ ਕਹਿੰਦੇ ਨੇ ਛੋੜ ਮਾਇਆ ਕੇ ਤੂੰ ਦਸਵਾਓ ਰੋਕਿਆ ਗਾਣੇ ਇਹ ਮਾਇਆ ਨਹੀਂ ਛੱਡ ਹੁੰਦੀ ਸੱਚੀ ਗੱਲ ਹੈ ਨਹੀਂ ਛੱਡ ਹੁੰਦੀ ਰੁਜਗਾਨ ਉਸ ਤੋਂ ਬਗੈਰ ਹੈ ਨਹੀਂ ਜੀ ਬਿਲਕੁਲ ਜੀ ਬਿਲਕੁਲ ਹੂੰ ਆ संत आज हमारे गृह बसंत गुण गाए प्रभु तुम बेअंत गुण गाए प्रभु तुम बेअंत प्रभ आज हमारे गृह बसंत गुर सेवों ਕਰ ਨਮਸਕਾਰ ਗੁਰ ਸੇਵੋਂ ਕਰ ਨਮਸਕਾਰ ਅੱਜ ਹਮਾਰੇ ਮੰਗਲ ਚਾਰ ਅੱਜ ਹਮਾਰੇ ਮੰਗਲ ਚਾਰ ਅੱਜ ਹਮਾਰੇ ਮਹਾ ਅਨੰਤ ਅਜ ਹਮਾਰੇ ਮਹਾ ਅਨੰਦ ਚਿੰਤ ਲਥੀ ਭੇਟੇ ਗੋਬਿੰਦ ਚਿੰਤ ਲਥੀ ਭੇਟੇ ਗੋਬਿੰਦ ਅਜ ਹਮਾਰੇ ਗ੍ਰਹਿ ਬਸੰਤ ਅਜ ਹਮਾਰੇ ਅਜ ਹਮਾਰੇ आज हमारे गृहे बसंत